ਆ ਜੋ ਕਰ ਉਬੜਿਆ ਆਹ ਆ ਲੱਛਣ ਹੈ ਆਹ ਨਾ ਮੈਨੂੰ ਤਾਂ ਐਂ ਤੀ ਵੀ ਕੋਈ ਹੋਰ ਕਰਦਾ ਵੀ ਮੇਰਾ ਮੁੰਡਾ ਨਸ਼ੇ ਲਾ ਕੇ ਕਰਨ ਆਹ ਕਰਤੂਤ ਕਰਦਾ ਤੂੰ ਵੇ ਬੁੜਿਆ ਤੈਨੂੰ ਸ਼ਰਮ ਨਹੀਂ ਆਉਂਦੀ ਕਿਉਂ ਆਪਣੇ ਜਵਾਕ ਦੇ ਘਰ ਪੱਟਣ ਨੂੰ ਫਿਰਦਾ ਤੇਰਾ ਖੂਨ ਆ ਤੇਰਾ ਪੋਤਾ ਉਹ ਤੇਰਾ ਪੋਤਾ ਹੋਰ ਹੋ ਗਿਆ ਆ ਦੇਖ ਹੋ ਗਿਆ ਕੀ ਆ ਲੱਛਣ ਦੇਖ ਇਹਦੇ ਆਹ ਹਾਏ ਹਾਏ ਵੇ ਕੰਜਰਾ ਸਿਆਣਾ ਬਿਆਣਾ ਧੌਲ ਦਾੜੀਏ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਤੇਰੀ ਆਪਦੀ ਲਾਦ ਆ ਕਿਸੇ ਦੀ ਨਹੀਂ ਹੈਗੀ ਵੇ ਤੇਰਾ ਪੋਤਾ ਤੂੰ ਆਪਦੇ ਪੋਤੇ ਦੀ ਘਰ ਪੱਟਣ ਦੇ ਤੁਲ ਰਿਹਾਗਾ ਦੇਖ ਲਾ ਸ਼ਰਮ ਮਨ ਮੈਂ ਤਾਂ ਵਿਗਿਆਨੀ ਤੂੰ ਤੇ ਇਹਨਾਂ ਦਾ ਆਪਦਾਗਾ ਮੈਨੂੰ ਤਾਂ ਐ ਸੀਗਾ ਵੀ ਇਹੀ ਨਸ਼ਾ ਪਤਾ ਕਰਦੇ ਨੇ ਮੈਨੂੰ ਕੀ ਪਤਾ ਸੀ ਆ ਘਰ ਖਰਾਬ ਕਰ ਰਿਹਾ ਸਾਡਾ ਮੈਨੂੰ ਤਾਂ ਆਪ ਐ ਸੀ ਕਿਤੇ ਇਹ ਕੰਮ ਆ ਕਰਦੀ ਆ ਮੈਨੂੰ ਕੀ ਪਤਾ ਸੀ ਬੁੜਾ ਹੀ ਇਹੋ ਜਿਹਾ ਨਾ ਤੈਨੂੰ ਪਤਾ ਨਹੀਂ ਹੈਗਾ ਵੇ ਮੈਨੂੰ ਕੀ ਪਤਾ ਜੇ ਮੈਨੂੰ ਪਤਾ ਹੁੰਦਾ ਮੈਂ ਧਰਨਾ ਦਿੰਦੀ ਮੈਂ ਕਾਹਨੂੰ ਲੜਦੀ ਇਹਦੇ ਨਾਲ ਤਾਂ ਹੀ ਤਾਂ ਲੜਦੀ ਆ ਇਹ ਵੀ ਆ ਗਿਆ ਵਧੀਆ ਹੋਇਆ ਸ਼ਰਮ ਕੋਸ ਲੈ ਆ ਜਾ ਪੁੱਤ ਇੱਧਰ ਆ ਜਾ ਆ ਦੇਖ ਆ ਦੇਖ ਇਹਦੇ ਲੱਛਣ ਨੇ ਅੱਜ ਫੜਿਆ ਅੱਜ ਫੜਿਆ ਇੱਥੇ ਪਾਉਂਦਾ ਫੜਿਆ ਤੇਰੇ ਕੱਪੜਿਆਂ 'ਚ ਇਹ ਨਾ ਬਾਪੂ ਆਹ ਕੀ ਗੱਲ ਹੈ ਯਾਰ ਮਾੜੀ ਮੋਟੀ ਦਾ ਸੋਚ ਲਾ ਕਿਉਂ ਘਰਾਂ ਦੇ ਵਿੱਚ ਫਿਕਰ ਪਵਾ ਰਿਹਾ ਉਹ ਸ਼ਰਮ ਮੰਨ ਤੇਰਾ ਪੋਤਾ ਸ਼ਰਮ ਮੰਨ ਵੇ ਜੇ ਘਰ ਉੱਜੜੂਗਾ ਕੀ ਦਾ ਉੱਜੜੂਗਾ ਫਿਰ ਵੀ ਤੇਰਾ ਆਪਦੀ ਉੱਜੜੂਗਾ ਤੇਰੇ ਪੋਤ ਨੂੰ ਜਾਊਗੀ ਘਰ ਚੋਂ ਕੀ ਕਹਿਣਗੇ ਲੋਕ ਤੈਨੂੰ ਹੈ ਵੀ ਤੇਰੀ ਘਰ ਉੱਜੜ ਗਿਆ ਸ਼ਰਮ ਮੰਨ ਮਾੜੀ ਮੋਟੀ ਕੀ ਕਹਾਂ ਮੈਂ ਤੈਨੂੰ ਸਿਆਣੇ ਬੇਣੇ ਨੂੰ ਜੇ ਸ਼ਰਮ ਆਉਂਦੀ ਆ ਜੇ ਸ਼ਰਮ ਹੁੰਦੀ ਤਾਂ ਆਹ ਕੁਛ ਕਿਉਂ ਕਰਨਾ ਸੀਗਾ ਆਹ ਤਾਂ ਚੱਲ ਫੇਰ ਬਗਾਨੀ ਆ ਉਹਨੂੰ ਤਾਂ ਕਹਿੰਦੇ ਚੰਗੇ ਵੀ ਲੱਗਦੇ ਆ ਉਹ ਤਾਂ ਵਿਚਾਰੀ ਫੇਰ ਵੀ ਇਹਨੂੰ ਸਮਝਾਉਂਦੀ ਇਹਨੂੰ ਸ਼ਰਮ ਨਹੀਂ ਆਉਂਦੀ ਚੌਰੇ ਬੁੜੇ ਨੂੰ ਮੈਂ ਤੁਹਾਨੂੰ ਉੱਤੇ ਵੀ ਆਖਿਆ ਸੀ ਵੀ ਇਹ ਆਪਣੇ ਘਰ ਦੇ ਵਿੱਚ ਕੋਈ ਫਿੱਕ ਪਵਾ ਰਿਹਾ ਇਹ ਸਾਰਾ ਕੰਮ ਨਾ ਇਹਨਾਂ ਦਾ ਸੀ ਇਹਨਾਂ ਦਾ ਨਹੀਂ ਇਹਦਾ ਸੀਗਾ ਇਹਦਾ ਨਾ ਮਿੱਠੇ ਪੋਚੇ ਮਾਰ ਦਿਓ ਆਪਾਂ ਨੂੰ ਕੀ ਪਤਾ ਖਬਰ ਮਿੱਠੇ ਪੋਚੇ ਮਾਰ ਦਿਓ ਮਿੱਠੇ ਪੋਚੇ ਮਾਰ ਕੇ ਕੀ ਲੈਣਾ ਮੈਨੂੰ ਤਾਂ ਪਤਾ ਵੀ ਨਹੀਂ ਮੈਨੂੰ ਤਾਂ ਸੌਂ ਲੱਗੇ ਕੱਡੀ ਮਰਜ਼ੀ ਸੌਂ ਖਵਾ ਲਓ ਹਾਏ ਵੇ ਰੱਬਾ ਮੈਂ ਅੰਦਰ ਬੈਠੀ ਤੇ ਉਹਨੂੰ ਜਵਾਕ ਨੂੰ ਲਈ ਮੈਨੂੰ ਕੀ ਪਤਾ ਵੀ ਕੀ ਕਰਦਾ ਫਿਰਦਾ ਇਹ ਬਾਰੇ ਕੀ ਲੱਛਣ ਕਰਦਾ ਹੈਗਾ ਓਏ ਮਿਲਦਾ ਕੀ ਆ ਤੁਹਾਨੂੰ ਮਿਲਦਾ ਕੀ ਆ ਕਿਸੇ ਦਾ ਘਰ ਜੜ ਕੇ ਵੇ ਇਹਨੂੰ ਕਹ ਮੈਨੂੰ ਐ ਲੱਗਦਾ ਕਈ ਹੀਲੇ ਹੋ ਗਏ ਹੁਣ ਤਾਂ ਦੁਬਾਰੇ ਥੌਲਾ ਦਾ ਕਰਨੀ ਪਊ ਯਾਰ ਸਹੀ ਗੱਲ ਡੈਡੀ ਤੇਰੀ ਇਹ ਪੰਦਾ ਨਹੀਂ ਹੈਗਾ ਇਹਦਾ ਸੱਪ ਆ ਇਹਦੇ ਕੰਨ 'ਚ ਆਉਂਦੀ ਆ ਤਾਰ ਨਹੀਂ ਪਊ ਪਰ ਤਾਰ ਤੋਂ ਫਿਰ ਇੰਨਾ ਟਾਈਮ ਕਾਹਨੂੰ ਲਾਉਂਦੇ ਹੋ ਨਾ ਨਾ ਦੱਸ ਆ ਲੱਛਣ ਇਹ ਨਹੀਂ ਬੋਲਦਾ ਹੈਗਾ ਹੁਣ ਇਹਦਾ ਸੱਪ ਸੁੰਘ ਗਿਆ ਨਾ ਮਾੜਾ ਮੋਟਾ ਸ਼ਰਮ ਕਰ ਲਓ ਸ਼ਰਮ ਕਰ ਲਓ ਕੀ ਮਿਲਦਾ ਤੁਹਾਨੂੰ ਇਹੋ ਜਿਹਾ ਕੁਛ ਕਰਕੇ ਪਹਿਲਾਂ ਮੇਰੇ ਮਗਰ ਪਏ ਰੇ ਹੁਣ ਆ ਵਿਚਾਰੀ ਕੱਲ ਦੀ ਆਈ ਕੁੜੀ ਇਹਦੇ ਮਗਰ ਪਏ ਹੋਏ ਇਹਨੂੰ ਘਰੋਂ ਕੱਢ ਕੇ 10 ਸਾਲ ਹੋ ਗਏ ਤੁਸੀਂ ਡੈਡੀ ਮੈਂ ਤਾਂ ਕਹਿੰਦਾ ਯਾਰ ਤੂੰ ਸਰਪੰਚ ਨੂੰ ਫੋਨ ਮਾਰ ਪੰਚਾਇਤ ਸੱਦ ਇਹਦੇ 4 ਹਾਣੀਆਂ ਦੇ ਵਿੱਚ ਇਹਦੀ ਬੇਇੱਜ਼ਤੀ ਹੋ ਗਈ ਇਹਨੂੰ ਫੇਰ ਪਤਾ ਲੱਗੂਗਾ ਹਾਂ ਫੇਰ ਇਹ ਪਤਾ ਲੱਗੂਗਾ ਹੁਣ ਇਹਦਾ ਜ਼ਮੀਂਦਾਰ ਨਹੀਂ ਹੁਣ ਚੁੱਪ ਕਰਕੇ ਕਾਹਤੋਂ ਖੜਾ ਗੂੰਗਾ ਵਾਟਾ ਬਣ ਕੇ ਉਸ ਤਾਂ ਬੋਲ ਤੇਰੇ ਮੂੰਹ 'ਚ ਬੋਲ ਨਹੀਂ ਹੈਗਾ ਹੁਣ ਪੁੱਛ ਤਾਂ ਲਓ ਇਹਨੇ ਕਰਿਆ ਕਿਉਂ ਆ ਉਹ ਪਤੀਆ ਕਿਵੇਂ ਕਰੇ ਜਾਣ ਕੇ ਕਰਦਾ ਵੀ ਆਹ ਕੁੜੀ ਨੂੰ ਐ ਹੋਵੇ ਵੀ ਉਹ ਨਸ਼ੇ ਕਰਦਾ ਪਤਾ ਤਾਂ ਲੱਗਿਆ ਗੱਲ ਦਾ ਸਾਰੀ ਦਾ ਆਪ ਤਾਂ ਤੂੰ ਕਰਕੇ ਚਲਿਆ ਗਿਆ ਆ ਜਵਾਕ ਇਥੇ ਲੜ ਲੜ ਮਰੀ ਜਾਂਦੇ ਨੇ ਮਗਰ ਉਹ ਤੇ ਉੱਤੇ ਕਲੇਸ਼ ਕਰਾਤਾ ਸਾਨੂੰ ਤਾਂ ਇੰਦੀ ਵੀ ਇਹ ਲੱਗਿਆ ਨਸ਼ੇ ਕਰਨਾ ਡੈਡੀ ਜੀ ਜਿਹੜੇ ਦਿਨ ਮੈਂ ਪਹਿਲੀ ਵਾਰ ਘਰ ਵਿਆਹ ਕੇ ਆਈ ਸੀ ਨਾ ਇਹਨਾਂ ਨੇ ਤਾਂ ਉਦੋਂ ਨਹੀਂ ਕਹਿਤਾ ਸੀ ਵੀ ਕਿਉਂ ਆਈ ਇਹ ਮੈਨੂੰ ਲੱਗਦਾ ਇਹ ਮੈਨੂੰ ਕੱਢ ਕੇ ਰਾਜੀ ਨੇ ਘਰ ਚੋਂ ਤੈਨੂੰ ਹੁਣ ਯਕੀਨ ਆ ਗਿਆ ਸੀ ਇਹ ਤੈਨੂੰ ਤਾਂ ਹੀ ਉਦੋਂ ਮੈਂ ਸਮਝਾਉਂਦੀ ਸੀ ਵੀ ਠੰਡੇ ਦਿਮਾਗ ਨਾਲ ਕੰਮ ਲਿਆ ਕਰ ਤੂੰ ਉਹਦੇ ਮਗਰ ਪੈ ਗਈ ਮੁੰਡੇ ਦੇ ਯੁਵਰਾਜ ਮੈਨੂੰ ਮਾਫ ਕਰ ਦੋ ਮੈਨੂੰ ਨਹੀਂ ਪਤਾ ਸੀ ਵੀ ਇਹ ਸਾਰਾ ਕੁਝ ਇਹਨਾਂ ਦਾ ਕਰਿਆ ਕਰਾਇਆ ਚਲੋ ਇੰਨਾ ਹੀ ਬਹੁਤਾ ਵੀ ਤੁਹਾਨੂੰ ਮੌਕੇ ਤੇ ਪਤਾ ਲੱਗ ਗਿਆ ਵੀ ਇਹ ਸਭ ਕਿਹਨੇ ਕਰਿਆ ਚੱਲ ਡੈਡੀ ਜਰਾ ਇਹਨੂੰ ਲੈ ਜਾ ਭਾਈ ਮੇਰੀ ਅੱਖਾਂ ਦੂਰ ਲੈ ਜਾ ਇਹਨੂੰ ਵੇ ਚੌਰਿਆ ਚੱਲ ਇੱਧਰ ਆ ਇੱਧਰ ਸਿਆਣਾ ਬਿਆਣਾ ਹੋ ਕੇ ਜਲੂਸ ਲੱਗ ਰਿਹਾ ਕੱਢਣਾ ਡੈਡੀ ਬੋਲਦੇ ਆਪਾਂ ਬੁੜੀ ਨੂੰ ਵੀ ਨਹੀਂ ਚੰਗੇ ਲੱਗਦੇ ਕਹਿੰਦੇ ਨਹੀਂ ਹੁੰਦੇ ਟੋਬੇ ਦਾ ਗਵਾਹ ਡੱਡੂ ਦੇਖ ਮਿੱਟ 'ਚ ਇਹਦੇ ਪੱਖ ਦੀ ਹੋ ਗਈ ਵੀ ਹੁਣ ਆਪਾਂ ਨੂੰ ਕੀ ਪਤਾ ਚੱਲ ਤੁਸੀਂ ਇੰਨਾ ਸ਼ੁਕਰ ਕਰੋ
ਵੀ ਆ ਕੁੜੀ ਮੂਹਰੇ ਸਾਰੀ ਸੱਚਾਈ ਆ ਗਈ, ਇਹਨੂੰ ਹੁਣ ਪਤਾ ਲੱਗ ਗਿਆ, ਤਾਂ ਹੀ ਮੈਂ ਕਹਿੰਦੀ ਹੁੰਦੀ ਹਾਂ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਨਾ ਖਰਾਬ ਕਰੀ। ਮੰਮੀ ਜੀ ਹੁਣ ਅੱਗੇ ਤੋਂ ਮੈਂ ਧਿਆਨ ਰੱਖੂੰਗੀ। ਮੈਂ ਤਾਂ ਇਹ ਸੋਚਦਾ ਸੀ ਵੀ ਇਹਦਾ ਹੱਥ ਵਿੱਚ ਆ ਯਾਰ। ਹੈਗਾ ਡੈਡੀ, ਹੋਰ ਤੈਨੂੰ ਉਈ ਲੱਗਦੀ ਆ ਇਹ? ਤੇ ਨਹੀਂ ਹੋਣਾ, ਉਹ ਤਾਂ ਕਹੀ ਤਾਂ ਜਾਂਦੀ ਆ ਉਹ। ਮੈਂ ਤਾਂ ਕਹਿਣਾ ਵੀ ਇਹਦਾ ਪੱਖ ਨਹੀਂ ਪੂਰੇ ਹੋਣੇ, ਉਹ ਤਾਂ ਕਹਿਣ ਲੱਗ ਰਹੀ ਆ ਤੈਂ ਕਿਉਂ ਇਹ ਕੰਮ ਕਰਿਆ। ਨਹੀਂ ਤਾਂ ਉਹ ਤਾਂ ਉਹਦੇ ਮੂਹਰੇ ਹੋ ਜਾਂਦੀ ਆ ਜਦੀ ਆਪਾਂ ਨੂੰ ਬੋਲਣ ਨਹੀਂ ਦਿੰਦੀ ਹੈਗੀ। ਮੈਨੂੰ ਲੱਗਦਾ ਇਹ ਕੋਈ ਖਿਚੜੀ ਪਕਾਉਣਗੇ ਦੁਬਾਰੋਂ। ਚਲੋ ਛੱਡੋ ਜੀ, ਆਪਾਂ ਕਿਉਂ ਤਾਂ ਦਿਮਾਗ ਖਰਾਬ ਕਰਿਆ। ਚਲੋ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਨਸ਼ੇ ਨਹੀਂ ਕਰਦਾ। ਇਹਨਾਂ ਦਾ ਹੀਲਾ ਕੀ ਕਰੀਏ, ਗੱਲ ਤਾਂ ਉਹਦਾ ਮੈਂ ਭਰੋਸਾ ਤਾਂ ਸਾਨੂੰ ਪਹਿਲਾਂ ਵੀ ਦਿੱਤੇ ਰਹੇ ਤੇ, ਹੁਣ ਇਹਦਾ ਹੀਲਾ ਕੀ ਕਰੀਏ, ਕਿੰਨੇ ਹੀਲੇ ਹੋ ਗਏ ਯਾਰ। ਚਲੋ ਅੰਦਰ ਬਹਿ ਕੇ ਕਰਦੇ ਕੋਈ ਰਹਿਬੜੀ, ਇਹਨਾਂ ਦਾ ਹੁਣ ਕੋਈ ਪੱਕਾ ਇਲਾਜ ਕਰਾਂਗੇ। ਆਜੋ ਇਹਨੂੰ ਚੱਕ ਕੇ ਕਿਸਮਾਜ ਨੂੰ ਸੱਟਾਂ ਪਰਾਂ ਯਾਰ। ਹਾਂਪੀ ਸੁੱਟਦਾ ਨਹੀਂ ਗਿਆ, ਲੈ ਜਾ ਕੇ ਤਾਂ ਸਮਾਨ ਪਿਆ ਲਾ ਲਈ ਇੱਥੇ ਰਾਤ ਨੂੰ ਬਹਿ ਕੇ। ਤੂੰ ਇੱਧਰ ਆ ਜਾ, ਹੁਣ ਬਹੁਤ ਬੇਇੱਜ਼ਤੀ ਹੋ ਗਈ, ਹਲੇ ਘੱਟ ਹੈ ਕਸਰਾ ਕੋਈ ਬੇ। ਆ ਜਾ ਹੁਣ, ਕੰਜਰਾ ਮਾੜਾ ਮੋਟਾ ਧਿਆਨ ਨਹੀਂ ਰੱਖ ਸਕਿਆ। ਤੂੰ ਤਾਂ ਗਿਰਗਟ ਮੰਗੂ ਰੰਗ ਬਦਲ ਦੀਆਂ, ਉਹਨਾਂ ਦੀ ਉਹ ਬੋਲੀ ਬੋਲਣ ਲੱਗੀ ਉੱਥੇ ਖੜ ਕੇ। ਆਏ ਹਾਏ, ਜੇ ਮੈਂ ਨਾ ਉਹਨਾਂ ਦੀ ਬੋਲੀ ਬੋਲਦੀ ਨਾ, ਤੇਰੀਆਂ ਪਸਲੀਆਂ 'ਚ ਰਾਤ ਪਾ ਦਿੰਦੇ, ਸੇਕਾਂ ਨਹੀਂ ਆਉਣਾ ਸੀਗਾ ਤੈਨੂੰ। ਮੈਂ ਦੱਸਾਂ ਗੱਲ, ਆਹ ਉਮਰੇ ਨਾਲ ਪਸਲੀਆਂ ਚੱਕੀਆਂ ਜਾਂਦੀਆਂ, ਤਈ ਚਿਪ ਜਾਂਦੀਆਂ ਮੇਰੇ ਪਿਓ ਦੇ ਸਾਲੇ ਦੀਆਂ। ਨਾ ਭੇਜਿਆ ਤਾਂ ਤਈ ਤੀ ਵੀ ਆਹ ਕੰਮ ਕਰਕੇ ਆ, ਸਕੀਮ ਤਾਂ ਤੇਰੀ ਹੋਆ ਇਹ। ਮੈਂ ਮਾੜਾ ਮੋਟਾ ਆਪਦਾ ਵੀ ਧਿਆਨ ਰੱਖਦਾ, ਦਿਮਾਗ ਆਪਦਾ ਵੀ ਲਾ ਲਿਆ ਕਰ, ਸਾਰਾ ਦਿਨ ਮੇਰਾ ਦਿਮਾਗ ਹੀ ਚਲਵਾਇਆ ਕਰੇਗਾ। ਹੁਣ ਤੈਨੂੰ ਕਿਹਾ ਨਹੀਂ ਤੀ ਵੀ ਤੇਰੇ ਦਿਮਾਗ ਨਾਲੇ ਚੱਲੂ? ਮੈਂ ਤਾਂ ਬਚ ਗਿਆ ਹਜੇ, ਸੜਤਾ ਉਹਨਾਂ ਨੇ, ਜੇ ਮੈਂ ਨਾ ਬੋਲਦੀ ਨਾ ਉੱਥੇ ਜਾ ਕੇ ਵਿੱਚ, ਤੈਨੂੰ ਉੱਥੇ ਫੜ ਲੈਂਦੇ, ਬੱਕਰੇ ਵਾਂਗੂ ਢਾਹ ਲੈਂਦੇ, ਔਰ ਦੋਨੇ ਪਿਓ ਪੁੱਤ ਤੇਰੇ ਉੱਤੇ ਬਹਿ ਜਾਂਦੇ, ਉੱਤੇ ਬੈਠ ਬੈਠ ਕੇ ਪਠਿਆਉਂਦੇ ਤੇਰੀਆਂ ਪਸਲੀਆਂ। ਚੱਲ ਨਿਬੜਿਆ, ਮੈਂ ਤਾਂ ਆਹ ਫੜਦਾ ਕੰਨਾਂ ਦੀ ਪੇਪੜੀ, ਮੈਂ ਨਹੀਂ ਇਹੋ ਜਿਹਾ ਕੰਮ ਕਰਦਾ ਅੱਗੇ ਤੋਂ। ਬਸ ਕਰਦਾ ਨਹੀਂ ਨਾ, ਕੰਮ ਕਰੇ ਬਿਨਾ ਤਾਂ ਫਿਰ ਕਿੱਥੇ ਟਾਈਮ ਪਾਸ ਹੋਊਗਾ? ਕਿਸੇ ਪਾਸੇ ਹੋਰ ਦਿਮਾਗ ਲਾ ਤੂੰ, ਆਹ ਸਕੀਮ ਇਹੀ ਜਿਹੀ ਤੈਂ ਬਣਾਈ ਤੀ ਜਿਹੜੀ ਫੇਲ ਹੋ ਗਈ, ਮੇਰੇ ਵਾਲੀ ਸਕੀਮ ਨਹੀਂ ਫੇਲ ਹੁੰਦੀ। ਅੱਛਾ ਨਾ, ਫਿਰ ਹੁਣ ਤੇਰਾ ਦਿਮਾਗ ਲਾ ਲਈ, ਮੈਂ ਲਾਊਂਗਾ ਹੁਣ। ਹਾਂ ਚੱਲ ਚੰਗਾ, ਉੱਥੇ ਮੁੰਡਾ ਦੇਖਦਾ ਹੁਣ ਆਲੇ ਦੁਆਲੇ। ਕਿਹੜਾ ਧਰਿਆ ਹੋਇਆ ਕੁਛ ਥਿਉਂਦਾ ਹੈ, ਜਿੱਥੇ ਕੀਰਾਂ ਧਰਦੇ ਮੁੜ ਕੇ ਥਿਉਂਦਾ ਨਹੀਂ ਹੈ। ਕੀ ਕਰਦਾ ਤੂੰ? ਓਏ ਆਧਾਰ ਕਾਰਡ ਲੱਭ ਰਿਹਾ ਮੇਰਾ, ਉਹ ਨਹੀਂ ਥਿਆ ਰਿਹਾ, ਦੇਖਿਆ ਕਿਤੇ? ਮੈਂ ਨਹੀਂ ਦੇਖਿਆ ਆਧਾਰ ਕਾਰਡ, ਤਾਂ ਫਿਰ ਦੇਖੀ, ਕੋਈ ਸਬਜ਼ੀ ਤੋੜ ਲਿਆ, ਇੰਨੇ ਮੈਂ ਵਿਹਲੀ ਬੈਠੀ ਹਾਂ, ਸਬਜ਼ੀ ਉਹ ਕਰ ਲੂੰਗੀ। ਓਏ ਸਬਜ਼ੀ ਕਰ ਲਾਂਗੇ, ਮੈਨੂੰ ਆਧਾਰ ਕਾਰਡ ਚਾਹੀਦਾ, ਕਚਹਿਰੀ ਜਾਣਾ ਮੈਂ। ਬੜਾ ਸਪਾ ਸੜਿਆ, ਕੰਜਰ ਡੱਕਾ ਨਹੀਂ ਤੋੜ ਕੇ ਰਾਜੀ ਕੰਮ ਦਾ ਤਾਂ ਜਮਾਂ ਵੀ, ਵੀ ਲੈ ਸਬਜ਼ੀ ਤੋੜ ਕੇ ਤਾਂ ਤੂੰ ਲਿਆ ਸਕਦਾ ਗਾ, ਹੈਂ ਜਮਾਂ ਕੰਮ ਤੋਂ ਟਲਦਾ ਫਿਰੀ ਜਾਂਦਾ, ਸਾਰਿਆਂ ਟਲਦਾ। ਲੈ ਆਧਾਰ ਕਾਰਡ ਦੱਸ ਕੀ ਸਰਚ ਮਾਰੂਗਾ ਐਡੀ ਛੇਤੀ, ਹੈਂ ਖਾ ਲਈ ਮੈਂ ਤਾਂ ਇਹਨੇ। ਚੱਲ ਐਂ ਕਰ, ਤੂੰ ਹੀ ਤੋੜ ਲਿਆ, ਤੂੰ ਵੀ ਤਾਂ ਵਿਹਲੀ ਹੀ ਹੈ, ਤੂੰ ਕੀ ਕਰੇਗੀ? ਵੇ ਮੁੰਡਿਆ, ਮੱਝਾਂ ਨੂੰ ਪਾਣੀ ਪਾਤਾ ਕਿ ਨਾ? ਵੇ ਮੁੰਡਿਆ, ਵੇ ਕੀ ਗੱਲ ਆ, ਤੂੰ ਹੰਗਾਰਾ ਹੀ ਨਹੀਂ ਭਰਦਾ, ਤੈਨੂੰ ਮੈਂ ਕਿੰਨੀਆਂ ਆਵਾਜ਼ਾਂ ਮਾਰਤੀਆਂ, ਕੀ ਹੋ ਗਿਆ ਤੈਨੂੰ? ਬੋਲਦਾ ਬੋਲਦਾ ਹੀ ਜਮਾਂ ਡੁੰਨ ਵੱਟਾ ਬਣਿਆ ਖੜਾ। ਹੁਣ ਤਾਂ ਕੀ ਆਵਾਂ, ਮੇਰੇ ਤਾਂ ਦਿਮਾਗ 'ਚ ਕੁਛ ਚੱਲੀ ਜਾਂਦਾ। ਦਿਮਾਗ 'ਚ ਕੁਛ ਚੱਲੀ ਜਾਂਦਾ, ਕੀ ਹੋ ਗਿਆ, ਬਿਮਾਰ ਬਮੂਰ ਆ? ਬਿਮਾਰ ਤਾਂ ਕਾਹਨੂੰ ਆ। ਹਾਂ ਕੋਈ ਟੈਨਸ਼ਨ? ਨਾ ਨਾ, ਟੈਨਸ਼ਨ ਬਣੀ। ਹਾਂ ਬਸ ਇੱਕ ਗੱਲ ਆ ਜਿਹੜੀ ਟਿਕਣ ਨਹੀਂ ਦੇਦੀ ਮੈਨੂੰ। ਕੀ ਦੱਸ ਤਾਂ ਸਹੀ, ਮੈਨੂੰ ਤਾਂ ਦੱਸ ਆਪਦੀ ਮਾਂ ਤੋਂ ਕਾਹਦਾ ਲੁਕੋਵਾਲ ਹੈ। ਦੱਸ ਤਾਂ ਦਵਾਂ ਤੈਨੂੰ, ਪਰ ਐਂ ਡਰ ਲੱਗਦਾ ਵੀ ਤੂੰ ਕਿਤੇ ਗਾਹ ਨਾ ਦੇਵੇਂ। ਲੈ ਹੱਦ ਹੋ ਗਈ ਤੇਰੇ ਵਾਲੀ ਵੀ, ਹੁਣ ਤੂੰ ਮੈਨੂੰ ਨਹੀਂ ਗੱਲ ਦੱਸੇਂਗਾ, ਇੱਥੇ ਕਿਹੜਾ ਕੋਈ ਹੋਰ ਹੈਗਾ? ਦੱਸ ਤੂੰ, ਮੈਂ ਇੰਨੀ ਕਮਲੀ ਨਹੀਂ ਹੈਗੀ ਵੀ ਉਈ ਮੈਂ ਰੋਲਾ ਸੁਣਦੀ ਫਿਰੂੰ। ਸੁਣ ਲਾ ਫਿਰ, ਦੱਸ ਜਿਹੜਾ ਬਾਪੂ ਲੈ ਕੇ ਨਾ ਨਵੀਂ ਬੇਬੇ ਆ ਜਨਾਨੀ। ਹਾਂ ਹਾਂ, ਉਹ ਤਾਂ ਘੱਟ ਚੁਗਦੀ ਹੈ ਜ਼ਿਆਦੇ ਨਾ, ਉਹਦਾ ਮੁੰਡਾ ਚੁਗਦਾ ਜਿਹਨੂੰ ਨਾਂ ਲੈ ਕੇ ਆ ਟੀਟਣੇ ਜੀ ਨੂੰ। ਵੀ ਪੁੱਤ, ਫਿਰ ਆਪਾਂ ਕਰ ਵੀ ਕੀ ਸਕਦੇ ਹਾਂ, ਆਪਣੇ ਹੱਥ ਬਸ ਕੁਛ ਹੈਗਾ? ਸਾਰਾ ਕੁਛ ਹੈ, ਸਾਰਾ ਕੁਛ ਆਪਣੇ ਹੱਥ। ਅੱਜ ਇਹ ਇੱਕ ਨੂੰ ਲੈ ਕੇ ਆਈ ਆ, ਕੱਲ੍ਹ ਨੂੰ ਚਾਰ ਨੂੰ ਹੋਰ ਲੈ ਕੇ ਆਊਗੀ, ਫਿਰ ਆਹ ਜਿਹੜਾ ਆਪਣਾ ਘਰ ਵਾਰ ਨਾ, ਜ਼ਮੀਨ ਜਾਇਦਾਦ ਸਾਰੇ ਤੋਂ ਜਾਵਾਂਗੇ ਆਪਾਂ, ਮੈਂ ਤਾਂ ਇਹ ਕਹਿਣਾ।
ਇਦੋਂ ਪਹਿਲਾਂ ਹੋਰ ਨੂੰ ਲੈ ਕੇ ਆਵੇ ਨਾ, ਆਹ ਟੀਟਣੀ ਜਿਹਦੀ ਆਪਾਂ ਗਰਦਨ ਮਰੋੜ ਦਿੰਦੇ ਹਾਂ। ਨਾ ਵੇ ਨਾ, ਆਪਾਂ ਪਾਪ ਨਹੀਂ ਕਰਨਾ ਹੈਗਾ। ਉਹ ਜਵਾਕ ਦਾ ਕੀ ਕਸੂਰ ਆ, ਤੂੰ ਹੋਰ ਹੀ ਗੱਲਾਂ ਮਾਰੀ ਜਾਂਦਾ। ਕਿਉਂ ਕਸੂਰ ਕਿਉਂ ਨਹੀਂ, ਆਇਆ ਕਿਉਂ ਆਪਣੀ ਜ਼ਮੀਨ ਦੇ ਵਿੱਚ? ਨਾਲੇ ਮੇਰੀ ਗੱਲ ਸੁਣ ਲਾ, ਜੇ ਕੱਲ੍ਹ ਨੂੰ ਲਿਆਈ ਨਾ ਹੋਰ ਕਿਸੇ ਨੂੰ, ਫਿਰ ਕੀ ਕਰੇਂਗੀ? ਵੇ ਮੈਨੂੰ ਤਾਂ ਡਰ ਲੱਗਦਾ, ਪਤਾ ਰੱਬ ਨੇ ਵੀ ਆਪਾਂ ਨੂੰ ਮਾਫ਼ ਨਹੀਂ ਕਰਨਾ ਹੈਗਾ। ਨਾਲੇ ਤੇਰਾ ਪਿਓ ਕੀ ਕਹੂਗਾ, ਅਗਲਾ ਮੇਰੇ ਮੇਰੇ ਚਿੱਤਰ ਮਾਰੂਗਾ। ਤੇਰਾ ਪਿਓ ਨੇ ਕਹਿਣਾ ਮੁੰਡਾ ਤਾਂ ਕਮਲਾ ਹੈਗਾ, ਤੂੰ ਵੀ ਨਾਲ ਰਲ ਗਈ। ਕਰ ਜਾਵਾਂ ਪਿਓ ਮੈਨੂੰ ਨਾਲ ਆ। ਮੈਨੂੰ ਤਾਂ ਡੈਡੀ ਨੇ ਇਹ ਵੀ ਕਹਿਤਾ ਵੀ ਜੇ ਤੈਨੂੰ ਮੌਕਾ ਮਿਲਿਆ ਤੂੰ ਗਰਦਨ ਮਰੋੜ ਦੀ, ਜੇ ਕਿਤੇ ਉਹਦਾ ਦੌਰ ਲੱਗਿਆ ਉਹ ਲਾਊਗਾ, ਬਸ ਇਹਨੂੰ ਛੱਡਣਾ ਨਹੀਂ ਹੈਗਾ, ਜਦੋਂ ਜੀ ਕਰਿਆ ਇਹਨੂੰ ਖਤਮ ਕਰ ਦੇਣਾ। ਅੱਛਾ ਤੇਰੇ ਪਿਓ ਨੂੰ ਪਤਾ? ਹਾਂ। ਹੈਂ ਚੱਲ ਫਿਰ। ਬਸ ਫਿਰ ਚੱਲ ਕੀ, ਹੁਣ ਤਾਂ ਜਿੱਥੇ ਟਾਈਮ ਮਿਲਿਆ ਕੰਮ ਇਹ ਤਾਂ ਕਰੇ ਦੇਣਾ। ਜੇ ਮੈਂ ਨਹੀਂ ਕਰੂੰ ਤਾਂ ਡੈਡੀ ਕਰ ਦੂੰ, ਜੇ ਡੈਡੀ ਨੂੰ ਕਰੂੰ ਤਾਂ ਮੈਂ ਕਰ ਦੂੰ। ਹੱਦ ਹੋਈ ਪਈ ਆ ਓਏ ਜਮੇ ਹੀ, ਜਿਹੜੀ ਚੀਜ਼ ਕਿਰਾਂ ਧਰ ਦਿਉ ਮੁੜ ਕੇ ਥਿਉਂਦੀ ਨਹੀਂ। ਸਾਰੇ ਟੋਲ ਲਿਆ ਹੁਣ ਦੱਸ, ਆ ਬੈਗ ਜੀ ਚ ਤਾਂ ਦੇਖ ਲਾ ਕਿਤੇ ਇੱਥੇ ਨਾ ਪਿਆ ਹੋਵੇ, ਸਿੱਟਿਆ ਵੀ ਖੁੱਲ੍ਹਾ ਹੀ ਪਿਆ। ਮੇਰੀ ਗੱਲ ਸੁਣ ਲਾ। ਕੀ ਹੋ ਗਿਆ ਤੈਨੂੰ? ਵੇ ਜਿਹੜਾ ਨਹੀਂ ਹੋਣਾ ਤੇ ਉਹੀ ਹੋ ਗਿਆ। ਗੱਲ ਵੀ ਤਾਂ ਹੋਣੀ ਕੋਈ, ਤਾਂ ਘਬਰਾਈ ਪਈ ਆ ਜਮੀ। ਘਬਰਾ ਨਾ, ਹੋਰ ਕੀ ਕਰਾਂ, ਤੂੰ ਸਾਰਾ ਦਿਨ ਇੱਥੇ ਆਧਾਰ ਕਾਰਡ ਪਾਲਦਾ ਫਿਰੀ ਜਾ, ਆਧਾਰ ਕਾਰਡ ਦੱਸ ਕੇ ਸਰਚ ਮਾਰੇਗਾ। ਵੇ ਜਿਹੜੀ ਗੱਲ ਦਾ ਡਰ ਤੇ ਉਹੀ ਹੋ ਗਈ। ਦੱਸੇਗੀ ਵੀ ਕੁਛ? ਕੀ ਦੱਸਾਂ ਵੀ, ਉਹ ਤਾਂ ਹੋਰ ਹੀ ਸਕੀਮਾਂ ਲਾਈ ਬੈਠੇ ਨੇ। ਕੌਣ? ਆਹ ਸਾਰਾ ਟੱਬਰ। ਕਹਿੰਦੇ ਅੱਜ ਤਾਂ ਕਹਿੰਦੇ ਇੱਕ ਮੁੰਡਾ ਲੈ ਕੇ ਆਈ ਆ, ਕੱਲ ਨੂੰ ਹੋਰ ਲਿਆਓਗੇ ਤੈਨੂੰ। ਹਾਏ ਹਾਏ ਤੂੰ ਡਿੱਗ ਨਾ ਪਈ, ਕਿਤੇ ਬਹਿ ਜਾ। ਹਾਏ ਕਹਿੰਦੇ ਨੇ, ਕਹਿੰਦੇ ਇਹਦੇ ਮੁੰਡੇ ਨੂੰ ਮਾਰ ਦਾਂਗੇ। ਮਾਰ ਦਾਂਗੇ? ਹਾਏ ਵੀ ਮੈਨੂੰ ਤਾਂ ਦਿਲ ਘਬਰਾ ਹੀ ਜਾਂਦਾ। ਐ ਹਾਂਸੀ ਖੇਡਣਾ ਪਿਆ ਕਿਤੇ ਮੁੰਡੇ ਨੂੰ ਮਾਰਨਾ? ਮੈਨੂੰ ਐਂ ਦੱਸ ਹਾਸੂ ਕਿੱਥੇ? ਮੈਨੂੰ ਕੀ ਪਤਾ ਇੱਥੇ ਤੇਰੇ ਲਈ ਵੀ ਹੋਣਾ। ਹਾਏ ਤੂੰ ਮੁੰਡਾ ਦੀ ਗੌਰ ਨਹੀਂ ਰੱਖ ਸਕਦਾ, ਸਾਰਾ ਦਿਨ ਹੋਰ ਹੀ ਕੁਝ ਕਰਦਾ ਫਿਰੀ ਜਾਂਦਾ। ਮੈਂ ਮੁੰਡਾ ਕਿੱਥੇ ਆ? ਮੈਂ ਚੱਲ ਟੋਲ ਉਹਨੂੰ। ਹਾਸੂ ਹਾਏ ਮੇਰੇ ਬਾਪ, ਆ ਜਮੇ ਕਮਾਲ ਹੋ ਗਈ ਬਈ, ਆ ਖੇਤਾਂ ਖੂਤਾਂ ਕਿੰਨੀ ਦੇਖ। ਹਾਸੂ ਹਾਸੂ ਬੋਚ ਕੇ ਦੇਖੀ ਬੱਚੇ ਬੱਜੀ ਦੀ ਤੂੰ ਤਾਂ। ਇੱਥੇ ਕੀ ਕਣਕ ਚ ਹੁਣ ਉਧਰੇ ਦੇਖਦੇ ਚੱਲ। ਮੇਰੀ ਜਾਨ ਨਿਕਲੀ ਜਾਂਦੀ, ਉਹ ਜਾਨ ਤਾਂ ਨਿਕਲੂਗੀ, ਹੁਣ ਜਵਾਕ ਨੀ ਥਿਉਂਦਾ। ਪੁੱਤ ਕਿੱਥੇ ਆ ਜਾ ਬਾਹਰ ਆ ਜਾ, ਆਜੋ ਛੇਤੀ ਆ ਜਾ। ਇੱਕ ਤਾਂ ਰੋਜ਼ ਦੀ ਕੰਮ ਹੋ ਗਿਆ, ਦੱਸ ਕੀ ਕਰੀਏ। ਇਹਦਾ ਕੋਈ ਕਪਰਾਉਣਾ ਹੋਵੇ ਤਾਂ ਫਿਰ ਤਾਂ ਸਮਰਾਵੇ ਇਹਨੂੰ ਕੋਈ, ਕਦੇ ਕੋਈ ਲਾਇੰਦਾ ਝਾਕ ਇਹਨੂੰ, ਕਦੇ ਕੋਈ ਲਾਇੰਦਾ, ਕੰਮ ਨਹੀਂ ਕਰਾਉਣਾ, ਧੰਦਾ ਨਹੀਂ ਕਰਾਉਣਾ। ਮੇਰਾ ਮੁੰਡਾ ਦੱਸ ਵੇ ਕਿੱਥੇ, ਨਾ ਮੇਰੇ ਮੁੰਡੇ ਦਾ ਕਿਉਂ ਦੁਸ਼ਮਣ ਬਣ ਗਿਆ ਪਿਓ? ਮੰਨੀ ਜੀ ਜਾਣਦੀ ਮੈਂ ਤੈਨੂੰ
ਵੇ ਤੂੰ ਚੁੱਪ ਕਰਿਆ ਖੜਿਆ ਕਰ, ਤੈਨੂੰ ਪੁੱਛ ਲਾ ਵੇ ਕਿੱਥੇ ਮਾਰ ਕੇ ਲੈ ਕੇ ਆਇਆ ਮੇਰੇ ਮੁੰਡੇ ਨੂੰ, ਮੈਂ ਮੇਰੇ ਮੁੰਡੇ ਨੂੰ ਚੱਕ ਲਿਆਉਂਗੀ। ਦੱਸ ਦੱਸ ਵੇ ਤੂੰ ਮੇਰੇ ਮੁੰਡੇ ਨੂੰ ਮਾਰ ਕੇ ਲੈ ਕੇ ਆਇਆ। ਤੂੰ ਰੋ ਕਦੋਂ ਰਹੀ ਆ? ਹੋ ਗਿਆ ਪੁੱਤ, ਤੂੰ ਰੋ ਕਦੋਂ ਰਹੀ ਆ? ਹੋ ਗਿਆ ਪੁੱਤ ਤੂੰ? ਹਾਂ ਮੰਮੀ। ਪੁੱਤ ਤੂੰ ਠੀਕ ਆ? ਹਾਂ ਮੰਮੀ ਠੀਕ ਆ। ਤੂੰ ਮੈਨੂੰ ਆਏ ਦੱਸ ਕਿੱਥੇ ਗਿਆ ਤੂੰ? ਮੈਂ ਤਾਂ ਖੇਤ ਗਿਆ ਤੀ, ਉੱਧਰ ਕੁਰਕ ਨਾਲੇ ਅਮਰੂਦ ਖਾ ਕੇ ਨਾਲੇ ਕੁਰਕਰੇ ਲੈ ਅੰਕਲ ਨਾਲ ਜਾ ਕੇ। ਕੀ ਹੋ ਗਿਆ ਮੰਮੀ, ਤੁਸੀਂ ਰੋਣ ਕਾਹਤੋਂ ਲੱਗ ਰਹੇ? ਕੰਜਰਾ ਤੋਂ ਮੈਨੂੰ ਆਏ ਵੱਡ ਕੇ ਨਾ ਜਾਇਆ ਕਰ ਤੇਰੇ ਵਿੱਚ। ਹੁਣ ਨਹੀਂ ਜਾਂਦਾ ਮੰਮੀ ਮੈਂ, ਤੇਰੇ ਤਾਂ ਮੇਰੀ ਜਾਨ ਵਸਦੀ ਆ। ਠੀਕ ਆ ਮੰਮੀ, ਆ ਜਾ ਪੁੱਤ, ਕਿਸੇ ਨਾਲ ਨਾ ਜਾਇਆ ਕਰ। ਠੀਕ ਆ ਮੰਮੀ, ਸਾਰੇ ਤੂੰ ਸੁਣ ਲੈ ਤੇਰੇ ਉਰੇ। ਠੀਕ ਆ ਮੰਮੀ। ਕੋਈ ਗੱਲ ਨਹੀਂ, ਦੇਖਦੇ ਜਾਓ ਬਣਦਾ ਕੀ ਹੈ। ਪੁੱਤ ਮੇਰੀ ਗੱਲ ਸੁਣ, ਅੱਜ ਤੋਂ ਮੁੜ ਕੇ ਕਿਸੇ ਨਾਲ ਨਹੀਂ ਜਾਣਾ ਤਾਂ ਠੀਕ ਆ? ਉਦੋਂ ਮੈਂ ਅਮਰੂਦ ਜੋ ਖਾਣ ਬਾਗਾ ਤੂੰ ਬਣਿਆ ਅਮਰੂਦ ਆ, ਮੈਂ ਤੈਨੂੰ ਉਰੀ ਨੇ ਅਮਰੂਦ ਲਿਆਂਦੀ। ਲੈ ਦੇ, ਉਹੀ ਫਿਕਰ ਕਰੀ ਗਈ, ਮੁੰਡਾ ਗਿਆ ਉਹਦੇ ਨਾਲ ਗੁਰੀ ਨਾਲ, ਕਿੰਨਾ ਤਿਉ ਕਰਦੇ ਨੇ ਮੁੰਡੇ ਦਾ ਉਹ, ਤੂੰ ਹੀ ਫਿਕਰ ਕਰੀ ਗਈ। ਲੈ ਦੇਖ ਲੈ, ਕਹਿੰਦਾ ਤਿਉ ਕਰਦੇ ਨੇ ਬੇ, ਤੈਨੂੰ ਨਹੀਂ ਪਤਾ, ਉਹ ਤਾਂ ਮਿੱਠੇ ਹੋ ਕਹਿੰਦੇ ਨੇ, ਮਿੱਠੇ ਹੋ ਕੇ ਨਾ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦੇ ਨੇ। ਅੰਕਲ ਦਾ ਹੋਰ ਚੀਜ਼ ਦੇ ਬੋਲਦਾ ਸੀ, ਮੰਨੀ ਨਾ ਕਰਤੀ ਮੈਨੂੰ ਤਾਂ ਬਸ। ਤੈਨੂੰ ਜ਼ਹਿਰ ਪਿਆ ਦੇਣਗੇ ਕਦੇ, ਤੂੰ ਨਾ ਇਹਨਾਂ ਦੇ ਮਗਰ ਲੱਗਿਆ ਕਰ। ਉਹਦਾ ਨਾ ਸਿਆਣਾ ਅੰਕਲ, ਮੈਨੂੰ ਪਤਾ ਲੱਗ ਗਿਆ। ਚੁੱਪ ਕਰ ਜਾ ਤੀ, ਬੋਲ ਹੁਣ ਗਾਹਾਂ ਨਾ, ਮੇਰੀ ਗੱਲ ਸੁਣ। ਹੁਣ ਤਾਂ ਤੈਨੂੰ ਪਤਾ ਲੱਗ ਗਿਆ, ਇਹ ਜਾਣ ਕੇ ਮਿੱਠੇ ਹੋ ਕੇ ਲਵੇ ਲਾਉਂਦੇ ਨੇ ਮੁੰਡੇ ਨੂੰ, ਫਿਰ ਇਹਨਾਂ ਨੂੰ ਐਂ ਵੀ ਅਸੀਂ ਮਾਰ ਦਾਂਗੇ ਮੁੰਡੇ ਨੂੰ, ਮਾਰਨਗੇ ਇਹ ਪੱਕਾ, ਇਹ ਨਹੀਂ ਸੜਦੇ ਮੇਰੇ ਪੁੱਤ ਨੂੰ। ਠੀਕ ਹੈ ਗੱਲ ਇਹ, ਜੇ ਅਸੀਂ ਯੂਵੀ ਨੂੰ ਲਵੇ ਲਾ ਸਕਦੇ ਹਾਂ, ਫਿਰ ਇਹ ਕਿਉਂ ਨਹੀਂ ਆਪਦੀ ਸਿਆਸਤ ਖੇਡ ਸਕਦੇ? ਆਹ ਦੇਖ ਲਾ, ਜਾਣ ਕੇ ਵੀ ਉਹ ਤਾਂ ਤੇਰਾ ਆਪਦਾ ਖੂਨ ਆ, ਉਹਨੂੰ ਤੂੰ ਥੋੜ੍ਹੀ ਮਾਰੇਗਾ, ਨਾਲੇ ਇਹਨਾਂ ਦਾ ਕੰਜਰਾਂ ਦਾ ਮੇਰਾ ਪੁੱਤ ਕੀ ਲੱਗਿਆ? ਇਹਨਾਂ ਨੂੰ ਤਾਂ ਆਏ ਆ ਵੀ ਸਾਡੀਆਂ ਜੜਾਂ 'ਚ ਬੈਠ ਗਏ ਇਹ ਆ ਕੇ। ਫਿਰ ਹੁਣ ਕਰੀਏ ਵੀ ਕੀ ਕਰੀਏ ਹੁਣ ਵੀ, ਕੱਲ੍ਹ ਨੂੰ ਅੱਧ ਦਾ ਮਾਲਕ ਬਣ ਜਾਓ, ਕਰਨਾ ਕੀ ਹੈਗਾ? ਬਸ ਮੇਰੀ ਗੱਲ ਸੁਣ ਲਓ, ਉਰੇ ਮੇਰੇ ਮੁੰਡੇ ਦਾ ਕੁਛ ਨਹੀਂ ਹੈਗਾ, ਕੁਛ ਨਹੀਂ ਬਣਦਾ ਮੇਰੇ ਮੁੰਡੇ ਦਾ, ਮੈਂ ਮੇਰੇ ਪੁੱਤ ਦੀ ਉਰੀ ਲੋਥ ਕਰਵਾ ਲੂੰਗੀ, ਨਾ ਮੈਂ ਮੇਰੇ ਪੁੱਤ ਨੂੰ ਮਰਵਾਉਣਾ ਨਹੀਂ ਚਾਹੁੰਦੀ ਹੈਗੀ, ਮੈਂ ਤਾਂ ਮੇਰੇ ਮੁੰਡੇ ਨੂੰ ਉੱਥੇ ਛੱਡ ਕੇ ਆਊਂਗੀ। ਕਿੱਥੇ? ਜਿੱਥੋਂ ਮੈਂ ਮੇਰੇ ਮੁੰਡੇ ਨੂੰ ਲੈ ਕੇ ਆਈ ਸੀਗੀ। ਲੈ ਦੇਖ, ਨਾ ਤਾਂ ਮੈਨੂੰ ਪਹਿਲਾਂ ਦੱਸਿਆ ਵੀ ਕਿੱਥੇ ਰਹਿੰਦਾ ਤੀ ਇਹ, ਨਾ ਹੁਣ ਦੱਸੇ ਵੀ ਕਿੱਥੇ ਜਾਊਗਾ, ਉੱਥੇ ਬੱਸ ਸਟੈਂਡ 'ਚ ਫੜਾ ਗਿਆ ਕੋਈ ਬੰਦਾ ਬਾਂ, ਐਂ ਮੈਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਰਹਿੰਦਾ ਕਿੱਥੇ ਇਹ। ਨਾ ਕਹਿੰਦਾ ਬੱਸ ਸਟੈਂਡ 'ਚ ਬਾਂ ਫੜਾ ਗਿਆ, ਕਿਸੇ ਦੇ ਜਵਾਕ ਨੂੰ ਫੜਾ ਕੇ ਗਿਆ, ਮੇਰਾ ਤੀ ਆਪਦਾ, ਉਹ ਤਾਂ ਮੈਂ ਕਿਹਾ ਤੀ ਉਹਨੂੰ ਮੁੰਡੇ ਨੂੰ, ਭਾਣ ਜਾ ਤੀ ਮੇਰਾ, ਮੈਂ ਕਿਹਾ ਤੀਗਾ ਵੀ ਭਾਈ ਨੂੰ ਮੇਰੇ ਕੋਲ ਛੱਡ ਜਾ, ਮੈਂ ਆਪੇ ਲੈ ਜੂੰਗੀ। ਚੱਲ ਕੋਈ ਨਹੀਂ, ਕਰ ਲੈ ਜਿਵੇਂ ਤੇਰੀ ਮਰਜ਼ੀ ਹੈ। ਮੈਂ ਹੁਣ ਉਰੇ ਇੱਕ ਮਿੰਟ ਨਹੀਂ ਰੁਕਦੀ ਹੈਗੀ ਲੈ ਕੇ ਮੁੰਡੇ ਨੂੰ, ਮੈਂ ਮੇਰੇ ਮੁੰਡੇ ਨੂੰ ਛੱਡ ਕੇ ਆਉਂਦੀ ਹਾਂ, ਠੀਕ ਆ? ਕਿਤੇ ਮਰਜ਼ੀ ਛੱਡ ਕੇ ਆਵਾਂ, ਉੱਥੇ ਹੀ ਮੇਰਾ ਪੁੱਤ ਠੀਕ ਠਾਕ ਰਹੂਗਾ, ਉਰੇ ਤਾਂ ਮੈਨੂੰ ਪਤਾ ਗਾ ਉਰੇ ਤਾਂ ਗਲਜਾ ਫਿਰਦਿਆਂ ਨੇ ਆਲੇ ਦੁਆਲੇ, ਕੀ ਪਤਾ ਕਿਹੜੇ ਵੇਲੇ ਚੱਕ ਕੇ ਲੈ ਜਾਣਾ। ਲੈ ਪੁੱਤ ਐਂ ਕਰ, ਚੱਲ ਤੈਨੂੰ ਉੱਥੇ ਛੱਡ ਕੇ ਆਉਂਦੀ ਹਾਂ। ਮੇਰਾ ਜੂ ਨਹੀਂ ਲੱਗਣਾ ਪੁੱਤ, ਮੈਂ ਤੈਨੂੰ ਮਿਲਣ ਆ ਜਾ ਕਰੂੰਗੀ, ਮੈਂ ਤੇਰੇ ਕੋਲ ਆ ਜਾ ਕਰੂੰਗੀ, ਫੋਨ 'ਤੇ ਗੱਲ ਕਰ ਲਿਆ ਕਰਾਂਗੇ ਆਪਾਂ, ਠੀਕ ਆ? ਮੈਂ ਤੈਨੂੰ ਫੋਨ ਵੀ ਲੈ ਕੇ ਦੇ ਕੇ ਆਊਂਗੀ ਜਾਂਦੇ ਜਾਂਦੇ, ਤੈਨੂੰ ਫੋਨ ਦਵਾਊਂਗੀ ਨਾਲੇ ਦੁਕਾਨ ਤੋਂ, ਠੀਕ ਆ? ਲੈ ਚੱਲ ਠੀਕ ਆ, ਅਸੀਂ ਜਾਂਦੇ ਹਾਂ, ਤੂੰ ਘਰੇ ਰਹੀ, ਮੈਨੂੰ ਪਤਾ ਤੇਰੀ ਤਾਂ ਨਿਸ਼ਾ ਹੈ ਨੀਗੀ, ਮੈਂ ਉਰੇ ਮੁੰਡਾ ਰੱਖ ਲਿਆ ਮਰਵਾਉਣਾ ਤੋੜੀਆ, ਨਾ ਤੈਂ ਤਾਂ ਜਮ ਨਹੀਂ ਨਿਸ਼ਾ ਰੱਖਣੀ, ਤੇਰਾ ਤਾਂ ਮੈਨੂੰ ਪਤਾ ਲੱਗ ਗਿਆ। ਮੇਰੇ ਤੋਂ ਕਿੱਥੇ ਨਿਗਾਹ ਰੱਖੀ ਜਾਂਦੀ ਹੈ ਹੁਣ ਸਾਰਾ ਦਿਨ? ਹਾਂ ਤੂੰ ਤਾਂ ਇੰਨਾ ਕਣੀ ਨਿਗਾਹ ਰੱਖ ਸਕਦਾ ਗਾ, ਮੇਰੇ ਪੁੱਤ ਕਣੀ ਕਾਹਨੂੰ ਰੱਖ ਦਾਂਗਾ, ਤੇਰਾ ਕੀ ਲੱਗਿਆ ਨਾਲੇ ਇਹ? ਲੈ ਪੁੱਤ ਖੜਾ ਹੋ ਜਾ, ਟਾਈਮ ਨਾ ਲਾ, ਠੀਕ ਆ ਅਸੀਂ ਜਾਂਦੇ, ਧਿਆਨ ਰੱਖੀ ਆਪਦਾ। ਹਾਂ ਧਿਆਨ ਹੈ। ਆ ਦੇਖ, ਆ ਹੁੰਦਾ ਆਪਦਾ ਖੂਨ, ਆਪਦੇ ਖੂਨ ਵਾਰੀ ਜਾਨ ਨਿਕਲ ਗਈ ਸੀ ਨਾ।
ਮੇਰੀ ਵੀ ਜਾਨ ਕਿਵੇਂ ਨਾ ਨਿਕਲੇ ਆਪਦੇ ਖੂਨ ਬਾਰੇ। ਆ ਕੀ ਕਹਿਣਾ? ਆ ਰਹੀ ਆ ਮਾਤਾ, ਆ ਰਹੀ ਆ ਰਹੀ ਆ, ਥੱਲੇ ਹੋ ਜਾ। ਲੈ ਪੁੱਤ ਆ ਜਾ, ਹੁਣ ਇੱਕ ਮਿੰਟ ਵੀ ਨਹੀਂ ਰੁਕਣਾ ਆਪਾਂ ਨੇ, ਤੈਨੂੰ ਮੈਂ ਛੱਡ ਕੇ ਨਾ ਛੇਤੀ ਮੁੜੇ ਆਉਂਗੀ। ਮੰਮੀ ਇੱਕ ਮਿੰਟ, ਹੁਣ ਕੀ ਹੋ ਗਿਆ? ਇੱਕ ਮਿੰਟ ਮੰਮੀ ਕਹਿੰਦਾ, ਹੁਣ ਕੀ ਹੋ ਗਿਆ? ਅੰਕਲ ਨੂੰ ਮਿਲ ਕੇ ਆਉਣਾ ਮੈਂ। ਬਣਿਆ ਅੰਕਲ ਨੂੰ ਮਿਲਣ ਦਾ ਹੈਂ? ਹਜੇ ਉਹਨਾਂ ਨੂੰ ਫੇਰ ਮਿਲਣ ਜਾਣਾ ਗਾ? ਵੀ ਉਹ ਦੁਸ਼ਮਣ ਨੇ ਤੇਰੇ ਨਾਲੇ ਸੋਦੇ ਮੇਰੇ। ਚੁੱਪ ਕਰਕੇ ਤੁਰਪਾ, ਹੁਣ ਨਾ ਮੁੜ ਕੇ ਉਰੇ ਦਾ ਨਾਂ ਲੈ ਦੀ ਚੰਪਲਾ ਜਾਦੀ। ਉੱਡ ਗਿਆ, ਉੱਡ ਗਿਆ, ਉੱਡ ਗਿਆ, ਆ ਗਿਆ ਹੁਣ ਨਜ਼ਾਰਾ ਵਾ। ਕਿਉਂ ਮਾਂ, ਤੈਨੂੰ ਆਖਦੀ ਨਾ? ਵਾਹ ਵੇ ਪੁੱਤ, ਇਹ ਐਵੇਂ ਲੁਟਾਉਣ ਲਈ ਸੀ। ਤੈਨੂੰ ਆਖਦੀ ਨਾ ਵੀ ਇਹਨੂੰ ਜਵਾਕ ਦਾ ਹੇਜ ਆਉਂਦਾ, ਜੇ ਆਪਾਂ ਜਵਾਕ 'ਤੇ ਹੱਥ ਚੱਕਾਂਗੇ ਤਾਂ ਇਹ ਇਹਨੂੰ ਲੈ ਕੇ ਜਾਊਗੀ, ਨਹੀਂ ਇਹ ਲੁੱਟ ਨਹੀਂ ਆਉਣੀ ਸੀ। ਇੰਨੀ ਛੇਤੀ ਡਰਨ ਵਾਲੀ ਵੀ ਹੈ ਨਹੀਂ ਸੀ। ਦੇਖਿਆ ਹੁਣ ਕਿਵੇਂ ਭੱਜਦੀ ਹੈ। ਚੱਲ ਵਧੀਆ, ਮੈਂ ਤਾਂ ਕਹਿੰਦੀ ਹਾਂ ਇਹਨੂੰ ਵੀ ਐਂ ਕਿਸੇ ਦਿਨ ਡਰਾਓ, ਵੀ ਇਹਦਾ ਵੀ ਆਪਾਂ ਗਾਟਾ ਲਾਉਣਾ, ਫਿਰ ਇਹ ਵੀ ਐਂ ਭੱਜੂਗੀ। ਕੋਈ ਨਾ, ਹੁਣ ਇਹ 'ਤੇ ਕਦੇ ਸਕੀਮ ਪਾਵਾਂਗੇ ਵੀ ਇਹ ਵੀ ਘਰ ਛੱਡ ਕੇ ਵਗ ਜੇ। ਚੱਲ ਵਧੀਆ ਹੋਇਆ, ਇੱਕ ਕੰਡਾ ਤਾਂ ਨਿਕਲ ਗਿਆ। ਊਂ ਹੈਗਾ ਤਾਂ ਨਿੱਕਾ ਜਿਹਾ ਹੀ ਕੰਡਾ ਸੀ ਪਰ ਚੁੱਭਦਾ ਬਾਹਲਾ ਸੀ। ਹੁਣ ਤਾਂ ਸੂਲ ਰਹਿ ਗਈ, ਇਹ ਸੂਲ ਕਦੋਂ ਕੱਢਣੀ ਆ ਇਹ ਵੀ ਤੁਹਾਨੂੰ ਦੱਸੂਗਾ। ਚੱਲ ਆ ਜਾ, ਚੱਲ ਨਜ਼ਾਰੇ ਲਈਏ। ਡੈਡੀ ਵੀ ਠੀਕ ਰਿਹਾ ਹੋਣਾ, ਕਦੋਂ ਦਾ ਆਇਆ? ਖੁਸ਼ਖਬਰੀ ਦਈਏ ਤੇਰੇ ਪਿਓ ਨੂੰ ਵੀ ਆ ਗਏ। ਇੱਕ ਤਾਂ ਟੱਬਰ ਜਿਹਾ ਪਤਾ ਨਹੀਂ ਕਿੱਧਰ ਮਰ ਜਾਂਦਾ, ਉਰੇ ਵਿਹੜੇ 'ਚ ਇੰਨਾ ਜਲੂਸ ਨਿਕਲਿਆ, ਅੰਦਰ ਹੀ ਨਿਕਲੇ ਹੈਗੇ। ਮੈਨੂੰ ਲੱਗਦਾ ਅੰਦਰ ਆਈ ਨਹੀਂ ਇਹ ਵੀ ਕੰਜਰੋ ਆਜ, ਉੱਥੇ ਤੱਕ ਨਾ ਜਲੂਸ ਨਿਕਲਿਆ, ਮੁੰਡੇ ਹੀ ਮਾਰਤਾ ਕਹਿੰਦੀ ਮੇਰਾ। ਆ ਗਏ ਤੁਸੀਂ? ਤੁਸੀਂ ਕਿੱਧਰ ਭੱਗ ਗਏ? ਤੁਸੀਂ ਡੈਡੀ ਬਸ ਬਾਗਲ 'ਚ ਕੰਮ ਜਿਹਾ ਕਰ ਰਹੇ ਤੇ ਹੋਰ ਮਾੜਾ ਮੋਟਾ ਸੁਣਦਾ ਤਾਂ ਹੋਊ, ਉੱਥੇ ਬਾਗਲ ਲਵੇ ਤਾਂ ਕਿੰਨਾ ਜਲੂਸ ਨਿਕਲਿਆ ਯਾਰ। ਕਿਉਂ ਕੀ ਹੋ ਗਿਆ ਜੀ? ਆਹ ਉਹਦੇ ਕੋਈ ਗੱਲ ਪੈ ਗਈ ਮੇਰੇ, ਕਹਿੰਦੀ ਮੁੰਡੀ ਮਾਰਤਾ ਮੇਰਾ, ਊਂ ਦੂਸ਼ਣ ਲਾਉਂਦੀ ਫਿਰਦੀ ਤੀ ਮੇਰੇ 'ਤੇ, ਜਵਾਕ ਜਿਹਾ ਬਾਹਰੋਂ ਆਵੇ ਕੁਛ ਖਾਂਦਾ। ਦੂਸ਼ਣ ਲਾਉਂਦੀ ਸੀ? ਹੋਰ ਯਾਰ, ਕਹਿੰਦੀ ਜਵਾਕ ਮਾਰਤਾ ਮੇਰਾ, ਮੁੰਡਾ ਮਾਰਤਾ। ਆਪਾਂ ਭਲਾ ਇਹੋ ਜਿਹਾ ਕੰਮ ਕਦੇ ਕਰਿਆ? ਨਾ ਕਦੇ ਕਰੀਏ ਆਪਾਂ, ਆਪਾਂ ਤਾਂ ਊਂ ਰੱਬ ਦਾ ਨਾਂ ਲੈਣ ਵਾਲੇ ਬੰਦੇ ਹਾਂ। ਰੱਬ ਦਾ ਨਾਂ ਲੈਣ ਵਾਲਾ ਬੰਦਾ ਦੇਖ ਲਾ ਵੇ, ਹੁਣ ਸਾਡੇ ਮੂਹਰੇ ਕਾਹਨੂੰ ਮਸਕਰੀਆਂ ਕਰਦਾ? ਹੁਣ ਕਿਉਂ ਐਕਟਿੰਗਾਂ ਕਰਦਾ ਸਾਡੇ ਅੱਗੇ? ਹੋਰ ਕੀ, ਸਾਰੀ ਸਕੀਮ ਤੇਰੀ ਦੀ ਇਹ। ਉੱਡ ਗਿਆ, ਉੱਡ ਗਿਆ, ਉੱਡ ਗਿਆ, ਹੁਣ ਐਂ ਇਹਨੂੰ ਵੀ ਡਾਵਾਂਗੇ। ਦੇਖ ਲਾ ਡੈਡੀ, ਬੜੀ ਤਿੰਗੜਦੀ ਸੀ, ਐ ਨਹੀਂ ਇਹ ਨਿਕਲਦੀ ਦੀ ਘਰੋਂ, ਜੇ ਆਪਾਂ ਨਾ ਸਕੀਮ ਪਾਉਂਦੇ ਨਾ ਇਹਦੇ ਇੱਥੇ ਡੇਰੇ ਲਾ ਕੇ ਬਹਿ ਜਾਂਦੀ ਜਵਾਕ ਜੀ ਨਾਲ। ਇਹਨੂੰ ਹੰਕਾਰ ਹੋ ਗਿਆ ਦੀ ਪੁੱਤ, ਹੰਕਾਰ। ਇਹ ਨਾ ਉਂਗਲਾਂ ਦੇ ਨਚਾਉਣ ਨੂੰ ਫਿਰਦੀ ਤੀ ਆਪਾਂ ਨੂੰ, ਇਹਨੂੰ ਐਂ ਤੀ ਵੀ ਜੇ ਮੈਂ ਬੁੜਾ ਬਸ 'ਚ ਕਰਖਿਆ ਨਾ ਐਵੇਂ ਜੋਕਰ ਇਹਨਾਂ ਨੂੰ ਬਸ 'ਚ ਕਰ ਲੂੰ, ਵੀ ਜਿਹੜੀ ਜਾਇਦਾਦ ਹੈ ਬੁੜੇ ਦੇ ਨਾਂ ਹੋਰ ਆ, ਹੈ ਵੀ ਬਸ ਮੁੰਡੇ ਦੇ ਨਾਂ ਕਰਾ ਦੂੰਗੀ, ਕਹਿਣ ਤਾਂ ਲੱਗ ਰਹੀ ਤੀ। ਕਹਿੰਦੀ ਇੱਕ ਨਹੀਂ, ਹਾਲ ਤਾਂ ਕਈ ਨੇ, ਕਈ ਆਉਣਗੇ। ਨਾ ਡੈਡੀ, ਆਹ ਮੁੰਡਾ ਜਾਂ ਤਾਂ ਹੁਣ ਕੱਟਤਾ ਰੋ ਜਵਾਕ ਜਾ, ਹੁਣ ਇਹ ਰਹਿ ਗਈ। ਇਹਦੇ ਕੀ ਸਕੀਮ ਪਾਉਣੀ ਆ ਤੂੰ ਉਹ ਦੱਸ, ਤੈਨੂੰ ਪਤਾ ਇਹਦਾ ਵੀ ਇਲਾਜ ਪੱਕਾ ਕਰ। ਇਹ ਘਰੇ ਰਹੀ ਨਾ ਤਾਂ ਆਪਣਾ ਜਾਣਾ ਤਾਂ ਹੋਊਗਾ, ਜਾਂ ਤਾਂ ਹੁਣ ਇਹ ਘਰੇ ਇਹ ਟਿਕੂ ਜਾਂ ਆਪਾਂ। ਇਹਦਾ ਇਲਾਜ ਪੁੱਤ ਪੱਕਾ ਕਰਨਾ ਪਊਗਾ ਹੀ ਪੱਕਾ, ਜਿਵੇਂ ਇਹਦੇ ਵਾਸਤੇ ਸਕੀਮ ਸੋਚੀ ਨਾ ਐਵੇਂ ਜੋ ਘਰੇ ਸੋਚਾਂਗੇ। ਨਾ ਹੁਣ ਆਹ ਤਾਂ ਸਕੀਮ ਚੱਲ ਮੈਂ ਸੋਚਦੀ ਸੀ, ਹੁਣ ਇਹਦੇ ਵਾਸਤੇ ਤਾਂ ਤੁਸੀਂ ਸੋਚ ਲਿਓ। ਇਹਨੇ ਸੋਚਦੀ ਤੀ, ਆਹ ਦੇਖ ਲੈ ਇਹਨੇ ਸੋਚਦੀ ਤੀ, ਅਤੇ ਇਹਨੂੰ ਐਂ ਨਹੀਂ ਪਤਾ ਹੈਗਾ ਮੈਂ ਬੰਦਾ ਕਿ ਤੀਵੀਆਂ ਹਲੇ ਸਕੀਮਾਂ ਦਊਗੀ ਆਪਾਂ ਨੂੰ। ਚੱਲ ਕੋਈ ਨਹੀਂ, ਮਾੜਾ ਜਿਹਾ ਨੰਬਰ ਬਣ ਲੈਣ ਦਿਓ, ਤੁਸੀਂ ਹੋਰ ਹੀ ਗੱਲਾਂ ਕਰੀਏ। ਨੰਬਰ ਨੂੰ ਕਿਹੜਾ ਕੋਈ ਮੈਡਲ ਗੱਲ 'ਚ ਪਾਉਣ ਕਰਨੀ ਖੜਾ ਤੇਰੇ, ਹੁਣ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਓ। ਚਾਹੇ ਚੜੇਲ ਹੋਵੇ ਚੜੇਲ, ਆਪਦੇ ਬੱਚੇ ਨੂੰ ਪਿਆਰ ਉਹ ਵੀ ਕਰਦੀ ਹੈ, ਮੋਹ ਮਾਰਦਾ ਮੋਹ। ਜਿਵੇਂ ਸਕੀਮ ਇਹਨੇ ਵਾਸਤੇ ਖੇਡੀ ਨਾ, ਇਹਦੇ ਵਾਸਤੇ ਕੋਈ ਡੂੰਘੀ ਸਕੀਮ ਲਾਉਣੀ ਪੂਰੋਂ ਘਰੋਂ ਕੱਢਣ ਲਈ। ਜਿਵੇਂ ਇਹ ਨਾ ਦੂਸ਼ਣਬਾਜ਼ੀਆਂ ਕਰਦੀ ਆ ਵੀ ਐਂ ਕਰਦੇ ਹੋ ਵਾਹ ਕਰਦੇ ਹੋ, ਜਿਹੜੀਆਂ ਗੇਮਾਂ ਆਪਣੇ ਨਾਲ ਖੇਡ ਰਹੀ ਹੈ ਇਹਦੇ ਨਾਲ ਵੀ ਕੋਈ ਇਹੋ ਜਿਹੀ ਗੇਮ ਖੇਡਣੀ ਪਊ ਜਿਹੜੀ ਇਹ ਯਾਦ ਰੱਖੇ, ਯਾਦ ਮੁੜ ਕੇ ਇਹ ਪਿੰਡ ਕੰਨੀ ਮੂੰਹ ਨਾ ਕਰੇ, ਘਰ ਕੰਨੀ ਤਾਂ ਬਹੁਤ ਦੂਰ ਦੀ ਗੱਲ ਆ। ਸਹੀ ਗੱਲ ਹੈ, ਪਰ ਮੈਂ ਇੱਕ ਗੱਲ ਸੋਚ ਰਹੀ ਹਾਂ,
ਵੀ ਇਹ ਮੁੰਡੇ ਨੂੰ ਤਾਂ ਛੱਡਣ ਚਲੀ ਗਈ ਅਤੇ ਜੇ ਆਪ ਵੀ ਨਾਲ ਚਲੀ ਜਾਂਦੀ ਤਾਂ ਜ਼ਿਆਦਾ ਵਧੀਆ ਹੁੰਦਾ। ਕੋਈ ਨਾ ਮਾਂ, ਟਾਈਮ ਆਉਣ ਦੇ, ਟਾਈਮ ਦੇ ਨਾਲ ਸਾਰਾ ਕੁਛ ਹੋ ਜੂ। ਤੂੰ ਐਂ ਕਰ, ਚਾਹ ਬਣਾ ਲਿਆ ਹੁਣ। ਚੱਲ ਮੈਂ ਇਹਨੂੰ ਅੱਗੇ ਕਹਿ ਕੇ, ਮੈਂ ਨਿੱਕਾ ਜਿਹਾ ਕੰਡਾ ਸੀ, ਬਾਲਾ ਹੀ ਚੁੱਭਦਾ ਸੀ, ਚੱਲ ਵਧੀਆ ਹੋਇਆ ਉਹ ਵੀ ਨਿਕਲ ਗਿਆ। ਆ ਬੁੜਾ ਬੜਾ ਮੱਛਰ ਮੱਛਰ ਕੇ ਖੇਡਦਾ ਸੀ ਉਹਦੇ ਨਾਲ, ਜਿਵੇਂ ਪਤਾ ਨਹੀਂ ਕੀ ਹੁੰਦਾ। ਚੱਲ ਕੋਈ ਨਹੀਂ, ਚਾਹ ਬਣਾ ਲਿਆ। ਹਾਂ ਨਾ ਹੁਣ ਚੀਨੀ ਵੱਧ ਪਾਵਾਂ ਕਿ ਘੱਟ ਪਾ ਕੇ ਲਿਆਵਾਂ? ਬਰਫੀ ਵੀ ਚੱਕ ਲੈ ਜਿਹੜੀ ਪਈ ਹੈ। ਲਿਆਉਂਦੀਆਂ ਬੁੜਿਆ, ਦੰਦਾਂ 'ਚ ਤਾਂ ਤੇਰੇ ਇੰਨੇ ਇੰਨੇ ਕੀੜੇ ਲੱਗੇ ਪਏ ਨੇ, ਹਾਲੇ ਵੀ ਨਾ ਹਟੀ। ਚੱਲ ਅੱਜ ਖੁਸ਼ੀ ਦਾ ਦਿਨ ਆ, ਖਾ ਲਾ ਕੁਛ। ਲਿਆ, ਗੱਲ ਸੁਣ ਲੈ ਪੁੱਤਰਾ, ਜੇ ਬੁੜੀ ਨੂੰ ਦੂਰ ਕਰਨਾ ਨਾ ਇਸ ਘਰੋਂ, ਤਾਂ ਪਹਿਲਾਂ ਬੁੜੇ ਦਾ ਹੀਲਾ ਕਰਨਾ ਪਊ। ਬੁੜੇ ਦਾ ਇਹੋ ਜਿਹਾ ਹੀਲਾ ਕਰਨਾ ਪਊ ਨਾ, ਇਹਨੂੰ ਕਿਸੇ ਇਹੋ ਜਿਹੇ ਡਿੱਕੇ ਚੜਾਉਣਾ ਪਊਗਾ, ਜਦੋਂ ਉਰੇ ਬੁੜੇ ਨਾ ਹੋਇਆ ਫਿਰ ਇਹ ਇਕੱਲੀ ਨਹੀਂ ਰਹਿੰਦੀ ਹੈਗੀ ਉਰੇ, ਕਿਉਂਕਿ ਇਹ ਆਪਦੀ ਮਾਰ 'ਤੇ ਹੈ। ਇਹਨੂੰ ਐਂ ਮੈਂ ਸਾਰਾ ਕੁਛ ਸੰਭਰ ਕੇ ਨਾ ਆਪਦੇ ਪਿੰਡ ਠੋਕਾਂ। ਜਿਵੇਂ ਜਿਹੜੀ ਤੈਨੂੰ ਇਹਦੀ ਆਹ ਦੁੱਖ ਦੀ ਰੱਗ ਦੇਖੀ ਹੈ ਨਾ ਜਵਾਕ, ਇਹਦੇ ਨਾਲ ਦੀ ਇਹਦੀ ਕੋਈ ਹੋਰ ਦੁੱਖ ਦੀ ਰੱਗ ਪਾਲਾ, ਫਿਰ ਦੇਖੀਏ ਕਿਵੇਂ ਕਲਕਾਰੀਆਂ ਮਾਰ ਕੇ ਭੱਜਦੀ ਹੈ। ਹੁਣ ਤਾਂ ਇਹ ਕਲਕਾਰੀਆਂ ਮਾਰ ਕੇ ਭੱਜੂ, ਦੇਖਦਾ ਜਾ, ਬਥੇਰਿਆਂ ਨਰਮ ਰਹਿ ਕੇ ਦੇਖ ਲਿਆ ਆਪਾਂ ਵੀ। ਘਰ ਤਾਂ ਇਹੀ ਲੱਗਦਾ, ਚੱਲ ਜਾ ਕੇ ਦੇਖਦਾ। ਕਿਹੜਾ ਜਾਂਦਾ ਹੈ? ਉਹ ਭਾਈ ਮੁੰਡਿਆ, ਕਿੱਧਰ ਮੂੰਹ ਚੱਕਿਆ? ਨਾ ਬਾਹਰ ਖੜਕਾਇਆ, ਨਾ ਬੋਲ ਮਾਰਿਆ, ਅਸੀਂ ਜਾਂਦਾ ਭੱਜਿਆ। ਹਾਂ, ਕਿਹਨੂੰ ਮਿਲਣਾ? ਕੀ ਨਾਂ ਹੈ ਤੇਰਾ? ਮੇਰਾ ਨਾਂ ਕੁਛ ਮਰਜ਼ੀ ਹੋਵੇ, ਮੈਂ ਮਿਲਣਾ ਤਾਂ ਉਹਦੇ ਕਿਰਨਾਂ ਨੂੰ ਆਇਆ। ਕਿਰਨਾ? ਹਾਂ। ਕੀ ਲੱਗਦੀ ਹੈ ਕਿਰਨਾ ਤੇਰੀ? ਲੱਗਦੀ ਤਾਂ ਬਹੁਤ ਕੁਛ ਨਹੀਂ ਮੇਰੀ ਉਹ, ਪਰ ਜੇ ਉਹ ਇਸ ਘਰੇ ਨਾ ਬਹੀ ਜਾਂਦੀ। ਇਸ ਘਰੇ ਨਾ ਬਹੀ ਜਾਂਦੀ? ਬੋਲਦਾ ਕਿਵੇਂ ਉਹ? ਤੂੰ ਬੋਲਦਾ ਤਾਂ ਹੀ ਆ ਮੈਂ, ਅਸੀਂ ਬੋਲਣ ਤਾਂ ਹਟਾ ਦਾਂਗੇ। ਦੇਖ ਬਾਬਾ, ਤੇਰੀ ਉਮਰ ਦਾ ਲਿਹਾਜ਼ ਕਰਦਾ ਮੈਂ, ਤਾਂ ਕਰਕੇ ਮੈਂ ਹਜੇ ਨਿਮਕੇ ਬੋਲੀ ਜਾਂਦਾ। ਨਿਮਕੇ ਬੋਲੀ ਜਾਂਦਾ? ਬਥੇਰੇ ਸਿੱਧੇ ਕਰੇ ਨੇ ਤੇਰੇ ਵਰਗੇ, ਨਾ ਤੇਰਾ ਹੱਕ ਬਣਦਾ, ਤੂੰ ਬੋਲ ਮਾਰ, ਬਾਹਰ ਖੜਕਾ, ਸਿੱਧੇ ਹੀ ਹੋ ਲਿਆ। ਦੇਖ ਬਾਬਾ, ਆਹ ਗੱਲਾਂ 'ਚ ਟਾਈਮ ਖਰਾਬ ਨਾ ਕਰ ਮੇਰਾ, ਕਿਰਨਾਂ ਨੂੰ ਮਾਰਾ ਕਿੱਥੇ ਆ? ਕੋਈ ਕਿਰਨਾ ਕੁਰਨਾ ਨਹੀਂ ਹੈ ਉਰੇ, ਜਿੱਧਰੋਂ ਆਇਆ ਉੱਧਰੇ ਵਗ ਜਾ। ਐਂ ਤਾਂ ਨਹੀਂ ਜਾਂਦਾ ਫਿਰ ਮੈਂ, ਜੇ ਤੂੰ ਕਹੇ ਵੀ ਐਂ ਵਗ ਜਾ ਮੈਂ। ਜਿਹੜੀ ਇਸ ਘਰੇ ਵਿਆਹ ਕੇ ਇਹ ਨਾ ਕਿਰਨਾ, ਉਹਨੂੰ ਬੁਲਾ, ਕੀ ਲੱਗਦੀ ਹੈ ਤੇਰੀ? ਨੂੰ ਲੱਗਦੀ ਹੋਊ ਨਾ ਤੇਰੀ? ਨੂੰ ਲੱਗਦੀ ਹੈ ਮੇਰੀ? ਬੁਲਾ ਉਹਨੂੰ ਰੇ। ਕਿਉਂ, ਕਾਹਤੋਂ ਬੁਲਾਵਾਂ? ਲੱਗ ਜੂ ਪਤਾ ਵੀ ਕੀ ਕਰਨਾ ਉਰੇ ਮੈਂ, ਫੇਰ ਹੀ ਪਤਾ ਲੱਗੂਗਾ। ਬੁੜਾ ਜਿਹਾ ਅੱਜ ਕਿਹਦੇ ਨਾਲ ਜਦੋਂ ਲੱਗ ਗਿਆ, ਇਹ ਵੀ ਟਿਕਦਾ ਨਹੀਂ। ਆ ਕਿਹੜਾ ਆ ਗਿਆ ਹੁਣ, ਕਿਹਦੇ ਨਾਲ ਬੋਲੀ ਜਾਂਦਾ ਇਹ? ਹੁਣ ਚੁੱਪ ਕਿਉਂ ਕਰ ਗਿਆ? ਬੁਲਾ ਨਾ ਕਿਰਨਾ ਨੂੰ। ਕਿਰਨਾ ਨੂੰ? ਇਹ ਤੇਰਾ ਨਾਮ ਕਿਵੇਂ ਲਈ ਜਾਂਦਾ? ਤੁਹਾਡਾ ਰਿਸ਼ਤੇਦਾਰ ਤਾਂ ਨਹੀਂ ਗਾ ਕੋਈ? ਨਾ ਜੀ ਨਾ, ਮੈਂ ਤਾਂ ਵੇਖਿਆ ਪਹਿਲੀ ਵਾਰ ਇਹ ਮੁੰਡਾ ਜਾ, ਮੈਂ ਨਹੀਂ ਜਾਣਦੀ ਕੌਣ ਆ। ਕੌਣ ਹੋਇਆ ਫਿਰ ਤੇਰਾ ਨਾਂ ਲਈ ਜਾਂਦਾ? ਆ ਜਾ, ਚੱਲ ਕੇ ਦੇਖਦੇ ਹਾਂ। ਹਾਂਜੀ, ਆ ਜਾਓ। ਕਿਰਨਾ ਪੋਤ ਨੂੰ ਐ ਮੇਰੀ, ਮੂੰਹ ਸੰਭਾਲ ਕੇ ਗੱਲ ਕਰ, ਕੀ ਲੱਗਦੀ ਹੈ ਕਿਰਨਾ ਤੇਰੀ? ਦੱਸ ਦਿੰਦਾ, ਬੁਲਾ ਤਾਂ ਸੀ ਉਹਨੂੰ ਰੇ। ਦੱਸ ਦਿੰਦਾ, ਆ ਗਏ, ਕਰ ਲੈ ਗੱਲ। ਆ ਦੇਖੀ ਭਾਈ ਕੌਣ ਹੈ ਇਹ? ਕੌਣ ਆ ਬਾਪੂ ਇਹ? ਮੈਨੂੰ ਕੀ ਪਤਾ ਕੌਣ ਹੈ? ਕਮਾਲ ਕਰਤੀ, ਵਿਆਹ ਕਰਵਾ ਲਿਆ ਹੈ ਤੇ ਮੈਂ, ਉਹ ਮੈਂ ਕਿੱਧਰ ਜਾਵਾਂ ਇਹ ਵੀ ਦੱਸ ਮੈਨੂੰ। ਨਾ ਕੀ ਮਤਲਬ ਤੇਰਾ, ਵਿਆਹ ਕਰਾ ਲਿਆ? ਕੌਣ ਆ ਤੂੰ? ਉਹ ਕੌਣ ਆ ਬਾਈ ਤੂੰ, ਕੀ ਬੋਲੀ ਜਾਂਦਾ, ਕਿੱਥੇ ਆ ਕੇ ਖੜਾ ਤੈਨੂੰ ਪਤਾ? ਹੋਰ ਪਤਾ, ਪਤਾ ਮੈਂ ਕਿੱਥੇ ਆ ਕੇ ਖੜਾ? ਭੁੱਲ ਗਈ ਤੂੰ ਮੈਨੂੰ? ਉਹ ਮੇਰੇ ਨਾਲ ਜੀਣ ਮਰਨ ਦੀਆਂ ਕਸਮਾਂ ਖਾਧੀਆਂ ਸੀ ਤਾਂ, ਹੈਂ, ਵਿਆਹਾਂ ਦੇ ਲਾ ਲਾ ਮੈਨੂੰ ਲਾਰੇ ਇਕੱਲਾ ਛੱਡਤਾ,
ਤੇ ਆਪ ਇੱਥੇ ਆ ਕੇ ਮੈਡਮ ਨੇ ਘਰ ਵਸਾ ਲਿਆ। ਥੱਪੜ ਮਾਰੂ ਮੈਂ ਤੇਰੇ, ਕੀ ਪਕਾਈ ਮਾਰੀ ਜਾਂਦਾ? ਮੈਂ ਤੈਨੂੰ ਜਾਣਦੀ ਨਹੀਂ, ਉੱਤੋਂ ਕਹੀ ਇਹਨਾਂ ਨੇ ਵਾਅਦੇ ਕੀਤੇ ਨੇ। ਹੱਦ ਹੁੰਦੀ ਹੈ ਕਿਸੇ ਥਾਂ ਦੀ। ਓਏ ਉਹੀ ਤਾਂ ਮੈਂ ਗੱਲ ਕਰਦਾ ਤੇਰੇ ਨਾਲ, ਹੱਦ ਹੁੰਦੀ ਹੈ ਕਿਸੇ ਗੱਲ ਦੀ। ਕਹਿੰਦਾ ਕੌਣ ਹੈ, ਕੀ ਬੋਲੀ ਜਾਂਦਾ ਹੈ? ਜੀ ਮੈਂ ਤਾਂ ਜਾਣਦੀ ਵੀ ਨਹੀਂ ਹੈਗੀ, ਤੇ ਜਾਣਦੇ ਤੇ ਤੁਹਾਨੂੰ ਦੱਸ ਨਾ ਦਿੰਦੀ। ਪਤਾ ਨਹੀਂ ਕਿਉਂ ਪਕਾਈ ਕੁੱਟੀ ਜਾਂਦਾ। ਨਾ ਕਿਹੜਾ ਹੋਇਆ ਤੂੰ, ਇਹ ਤਾਂ ਕਹਿੰਦੀ ਮੈਂ ਜਾਣਦੀ ਵੀ ਨਹੀਂ, ਤੂੰ ਸਾਰਾ ਉਹੀ ਸਰਸਰ ਚੜੀ ਜਾਂਦਾ। ਬਈ ਸਿਰ ਤੋਂ ਚੜਾ ਨਾ ਮੈਂ, ਤੂੰ ਇੱਕ ਗੱਲ ਦੱਸ ਪਹਿਲਾਂ, ਮੈਨੂੰ ਇਹਦਾ ਨਾਂ ਭਲਾ ਕਿਵੇਂ ਪਤਾ? ਆਹ ਘਰ ਦਾ ਐਡਰੈਸ ਮੈਨੂੰ ਕਿਵੇਂ ਪਤਾ? ਜੇ ਇਹਦੇ ਨਾਲ ਮੇਰਾ ਕੋਈ ਸੰਬੰਧ ਆ, ਰਿਲੇਸ਼ਨ ਆ, ਤਾਂ ਹੀ ਉਰੇ ਆਇਆ ਮੈਂ। ਪੁੱਛ ਇਹਨੂੰ ਕੌਣ ਆ ਮੈਂ। ਤੇਰਾ ਦਿਮਾਗ ਤਾਂ ਠੀਕ ਹੈ, ਕੀ ਗੱਲਾਂ ਕਰੀ ਜਾਂਦਾ? ਮੈਂ ਤੈਨੂੰ ਜਾਣਦੀ ਨਹੀਂ ਪਹਿਚਾਣਦੀ, ਅੱਜ ਮੈਂ ਪਹਿਲੀ ਵਾਰ ਦੇਖਿਆ ਤੇ ਤੂੰ ਮੇਰੇ ਤੇ ਲਾਲਚਣ ਲਾਈ ਜਾਂਦਾ। ਉਹ ਮੈਨੂੰ ਪਤਾ ਸੀ, ਸਾਰਾ ਕੁਝ ਪਤਾ ਸੀ ਵੀ ਤੂੰ ਇੱਕ ਨਾ ਇੱਕ ਦਿਨ ਮੁੱਕਰੇਂਗੀ, ਛੱਡ ਕੇ ਆਵੇਂਗੀ ਮੈਨੂੰ ਇਕੱਲਾ। ਉਹ ਤਾਂ ਮੈਂ ਉਸ ਦਿਨ ਪਿੰਡ ਨਹੀਂ ਸੀਗਾ ਜਦੋਂ ਤੇਰਾ ਵਿਆਹ ਸੀ, ਜੇ ਕਿਤੇ ਪਿੰਡ ਹੁੰਦਾ ਨਾ, ਤੇਰੀ ਡੋਲੀ ਜਾਣ ਨਹੀਂ ਦੇਣੀ ਸੀ ਮੈਂ। ਕਿਰਨਾ ਦੱਸਦੇ ਜੋ ਕੋਈ ਗੱਲ ਹੈਗੀ ਆ, ਦੇਖ ਲਾ ਲੁਕੋਣ ਆ। ਜੀ ਸੱਚੀ ਕਹਿ ਰਹੀ ਆ। ਮੈਂ ਦਿੰਦਾ ਸਬੂਤ ਇਹਦੇ ਨਾਂ ਤੇ। ਭਾਈ ਖੜਜਾ ਖੜਜਾ, ਹਾਏ ਹਾਏ ਨੀ, ਮੁੰਡਾ ਸਾਹਮਣੇ ਖੜਿਆ ਹੈ ਨਾ, ਤੂੰ ਤਾਂ ਮੈਨੂੰ ਕਿਹਾ ਕਰਦੀ ਸੀ ਆਏ ਆ ਫਲਾਣਾ ਆਸਕ ਸਾਹਮਣੇ ਖੜਿਆ, ਸਰਿਆ ਐਵੇਂ ਮੁੱਕਰੀ ਜਾਂਦੀ ਆ। ਚੁੱਪ ਕਰ ਜਾ, ਆ ਤੇਰੀ ਜੀਭ ਖਿੱਚ ਦੂੰਗੀ, ਦੇਖ ਲਾ ਬੋਲ ਨਾ ਮੇਰੇ ਮੂਹਰੇ ਵਾਲਾ। ਅੱਛਾ ਸਾਬਾਸ ਹੈ ਤੇਰੇ, ਮੇਰੀ ਤਾਂ ਜੀਭ ਖਿੱਚ ਦੇਗੀ ਹੈ ਹੁਣ ਤੈਨੂੰ ਮਿਰਚਾਂ ਵਾਂਗੂ ਲੱਗਦਾ ਨਾ, ਸੱਚ ਕਹਿੰਦੀ ਆ। ਨਹੀਂ ਜੀਭ ਖਿੱਚਣ ਵਾਲੀ ਆ ਤੂੰ, ਖਿੱਚ ਦੇਗੀ ਮੇਰੀ ਜੀਭ? ਨਹੀਂ ਆਸਕ ਸਾਹਮਣੇ ਖੜਿਆ, ਜਿਹਦੇ ਖਿੱਚਣੀ ਉਹਦੀ ਖਿੱਚ। ਓ ਚੁੱਪ ਕਰ ਜਾ, ਅਗਦਾ ਕਿਉਂ ਝੁੱਜੂ ਪਾਈ ਜਾਂਦੇ ਹੋ? ਹਾਂ ਮੁੰਡੇ ਦਾ ਘਰ ਟੱਕਰ ਆਉਣ ਲੱਗ ਗਿਆ ਵਾਂਗਰ, ਹਜੇ ਕਹਿੰਦਾ ਝੁੱਜੀ ਪਾਈ ਜਾਂਦੇ, ਝੁੱਜੂ ਤਾਂ ਐਂ ਪਊਗਾ, ਹੁਣ ਤਾਂ ਐਵੇਂ ਪਊਗਾ ਐਵੇਂ। ਹੁਣ ਲੋਕ ਦੇਖਣਗੇ ਕੋਠੇ ਚੜ ਚੜ ਕੇ ਕੰਜਰ ਨੂੰ। ਜੀ ਸੱਚੀ ਕਹਿੰਦੀ ਆ, ਸੱਚੀ ਮੈਂ ਜਾਣਦੀ ਨਹੀਂ ਹੈਗੀ ਇਹਨੂੰ, ਮੈਨੂੰ ਨਹੀਂ ਪਤਾ ਇੱਥੇ ਕਿਵੇਂ ਆਇਆ ਹੈ। ਕਹਿੰਦਾ ਮੈਂ ਤੈਨੂੰ ਫੇਰ ਪੁੱਛ ਰਿਹਾ, ਮੇਰਾ ਦਿਮਾਗ ਨਾ ਗਰਮ ਕਰ, ਜੇ ਕੋਈ ਗੱਲ ਹੈਗੀ ਤਾਂ ਦੱਸ ਦੇ, ਨਾਲੇ ਤੂੰ ਹੈ ਤੂੰ ਤਾਂ ਨਹੀਂ ਕਿਤੇ ਝੂਠ ਤੂਫਾਨ ਬੋਲੀ ਜਾਂਦਾ। ਉਹ ਮੈਨੂੰ ਕੀ ਲੋੜ ਆ ਝੂਠ ਤੂਫਾਨ ਬੋਲਣ ਦੀ ਬਈ, ਮੈਂ ਤੁਹਾਡੀ ਸੌਂ ਖਾਂਦੀ ਆ, ਸੱਚੀ ਕਹਿੰਦੀ ਆ, ਮੈਂ ਨਹੀਂ ਜਾਂਦੀ ਇਹਨੂੰ। ਕੱਢੀ ਝੂਠੀ, ਐਡਾ ਵੱਡਾ ਮੁੰਡੇ ਦੀ ਸੌਂ ਝੂਠੀ ਖਾਣ ਲੱਗ ਰਿਹਾ, ਨਹੀਂ ਕਿਉਂ ਮਾਰੇਂਗੇ ਇਹਨੂੰ ਡੈਡੀ? ਡੈਡੀ ਹੈ ਆ ਕਿੱਧਰ ਕਿੱਧਰ ਬਾਪ ਨੂੰ ਬੁਲਾ, ਤਾਂ ਲੜੀ ਆ। ਤੂੰ ਚੁੱਪ ਵੀ ਕਰ ਜਾ। ਕਿਉਂ ਚੁੱਪ ਕਰ ਜਾ, ਮੈਨੂੰ ਕਹਿੰਦੀ ਹੁੰਦੀ ਸੀਗੀ ਆਏ ਆ ਫਲਾਣਾ ਟਿਕੜਾ। ਪੁੱਤ ਕੀ ਹੋ ਗਿਆ, ਕਿਉਂ ਬੋਲੀ ਜਾਂਦੀ ਆ? ਨਹੀਂ ਹੋਣਾ ਕੀ ਆ, ਖੜਿਆ ਦੂਜਾ ਮੁੰਡਾ ਤੇਰਾ, ਇੱਕ ਹੋਰ ਇਹਦਾ ਆਸਕ ਨਵਾਂ ਆਸਕ। ਆ ਕੀ ਪਕਾਈ ਮਾਰੀ ਜਾਂਦੀ ਆ, ਕੌਣ ਆ ਮੁੰਡਾ ਤੂੰ? ਉਹ ਡੈਡੀ ਕਿੱਥੇ? ਉਹ ਡੈਡੀ ਬੇ ਇੱਧਰ ਨੂੰ ਕਿਆ ਹੋਇਆ ਤਾਂ ਬਾਹਰ ਨੂੰ? ਓਏ ਆਈ ਬਾਗਲ ਚ ਨਾ ਹੋਵੇ ਯਾਰਾ, ਉਹ ਆ ਕੀ ਖੋਰੂ ਪਾਰ ਕਰਨ ਹੈ? ਉਹ ਡੜੀ ਆਇਆ ਯਾਰਾ। ਓਏ ਆ ਗਿਆ, ਆ ਗਿਆ ਭਾਈ, ਸਾਰੇ ਝੂਠੇ ਰਹੇ ਮੇਰੇ ਪਿਓ ਦੇ, ਸਾਰੇ ਸਾਰੇ ਝੂਠ ਬੋਲਣਗੇ, ਟੀਮ ਹੋ ਗਈ ਨਾ ਨੇ ਇਕੱਠੀ ਸਾਰੀ। ਉਹ ਗੱਲ ਕੀ ਆ ਭਾਈ, ਗੱਲ ਤਾਂ ਉਹ ਗੱਲ ਤਾਂ ਯਾਰ ਸੁਣਾ ਦੇ, ਕੀ ਬਕਵਾਸ ਕਰੀ ਜਾਂਦਾ? ਮੈਂ ਦੱਸਦੀ ਆ, ਆਸਕ 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 ਬੇ ਆਸਕ ਆ, ਉਹ ਤੁਹਾਡੀ ਬਹੂ ਦਾ ਆਸਕ ਆ ਰਿਹਾ। ਕੀ ਬੋ ਕੀ ਜਾਂਦੀ ਆ ਤੂੰ, ਚੁੱਪ ਕਰ ਜਾ। ਹਾਂ ਹੁਣ ਤਾਂ ਮਰਚਾ ਲੱਗਦੀਆਂ ਨੇ, ਦੇਖ ਲੈ ਮਾਂਗਰ ਆਉਣ ਲੱਗ ਗਏ, ਮੈਨੂੰ ਕਹਿੰਦੇ ਤੇ ਬੁੜਾ ਦੇ ਆ ਗਈ, ਬੁੜਾ ਦੇ ਆ ਗਈ। ਉਹ ਤੂੰ ਖੜਚਾ ਭਾਈ, ਰੌਲਾ ਪਈ ਜਾਂਦੀ ਆ, ਸਾਰਾ ਕੁਝ ਸੱਚ ਆ ਜੀ। ਹਾਂ ਆ ਹੋਣ ਵਾਲੀ ਘਰ ਵਾਲੀ ਸੀ ਮੇਰੀ ਜਿਹੜੀ ਉਰੇ ਆ ਕੇ ਵਿਆਹ ਗਈ। ਕਿਉਂ ਬੋਲੀ ਜਾਂਦਾ ਤੂੰ, ਦਿਮਾਗ ਤਾਂ ਠੀਕ ਆ ਤੇਰਾ, ਕੀ ਗੱਲਾਂ ਕਰੀ ਜਾਂਦਾ ਯਾਰ ਤੂੰ? ਮੇਰਾ ਸਾਰਾ ਕੁਝ ਠੀਕ ਆ ਜੀ, ਤਾਂ ਹੀ ਉਰੇ ਆ ਗਿਆ ਮੈਂ। ਪੁੱਛੋ ਉਹਨੂੰ, ਪੁੱਛੋ ਸਾਹਮਣੇ ਖੜੀ ਆ ਤੁਹਾਡੇ, ਕਰੋ ਤਾਂ ਸੀ ਗੱਲ ਉਹਦੇ ਨਾਲ। ਡੈਡੀ ਸੱਚੀ ਕਹਿੰਦੀ ਆ, ਮੈਂ ਨਹੀਂ ਜਾਣਦੀ ਇਹਨੂੰ, ਪਤਾ ਨਹੀਂ ਅਜੇ ਕਿੱਥੋਂ ਕੌਣ ਆਏ, ਕੀ ਕਰਨਾ ਆਏ, ਕਿਉਂ ਬੋਲੀ ਜਾਂਦਾ? ਆਹੀ ਤਾਂ ਲਾਸਟ ਹਥਿਆਰ ਆ ਉਹਦਾ, ਜਿਹੜੀ ਐਂਡ ਤੇ ਰੋਣ ਲੱਗ ਜਾਂਦੀ ਆ। ਮਾਂਗਰੋ ਨਾ, ਮਾਂਗਰੋ ਆਗਰਾ ਹੀ ਕਹਿੰਦਾ, ਮੈਂ ਤਾਂ ਪਤਾ ਜਾਣਦੀ ਨਹੀਂ, ਮੈਂ ਤਾਂ ਪਤਾ ਨਹੀਂ ਕੌਣ ਆ, ਮਾਂਗਰੋ ਤਾਂ ਹੀ ਕਹਿੰਦਾ। ਆਹ ਥੋੜੀ ਕਹੂਗੀ ਵੀ ਹਾਂ ਹੈਗੀ ਆ ਮੈਂ। ਕਿਰਨਾ ਜੇ ਕੋਈ ਗੱਲ ਹੈਗੀ ਆ ਤਾਂ ਦੱਸ ਦੇ, ਇਸ ਤੋਂ ਪਹਿਲਾਂ ਕੋਈ ਵਾਧਾ ਵਧੇ, ਜੇ ਕੁਛ ਹੈਗਾ ਦੱਸ ਦੇ। ਜੀ ਸੱਚੀ ਕਹਿੰਦੀ ਆ, ਮੈਂ ਨਹੀਂ ਜਾਣਦੀ ਇਹਨੂੰ, ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਹੈਗਾ, ਜੇ ਜੇ ਕੋਈ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਦਿੰਦੀ, ਪਰ ਜਦ ਮੈਨੂੰ ਜਾਣਦੀ ਨਹੀਂ, ਮੈਂ ਕਿਵੇਂ ਮੰਨ ਲਾ ਮੈਂ ਇਹਨੂੰ ਜਾਣਦੀ ਹਾਂ? ਅੱਛਾ ਜਾਣਦੀ ਨਹੀਂ, ਨਾ ਜੇ ਤੂੰ ਇਹਨੂੰ ਜਾਣਦੀ ਨਹੀਂ, ਇਹ ਉਹੀ ਬੋਲੀ ਜਾਂਦਾ? ਹਾਂ ਇਹ ਤਾਂ ਉਹੀ ਬੋਲੀ ਜਾਂਦਾ, ਮਾਗਰ ਮੱਛਾ ਇੰਜੂ ਨੇ ਕਿਵੇਂ ਇੰਜੂ ਘੇਰ ਦਿਆ, ਦੇ ਸਹੀ ਮੋਰਨੀ। ਜੀ ਮੈਨੂੰ ਤਾਂ ਲੱਗਦਾ
ਇਹ ਵੀ ਚੱਲ ਇਹਨਾਂ ਦੀ ਹੋਣੀ ਆ। ਲੈ ਦੇਖ ਲਾ, ਨੀ ਇਹ ਸਾਹਮਣੇ ਖੜਾ ਏਡਾ ਵੱਡਾ ਮੁੰਡਾ, ਮੈਂ ਤੈਨੂੰ ਜਾਣਦੀ ਵੀ ਨਹੀਂ। ਕਰਨਾ, ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਵੀ ਤੂੰ ਮੈਨੂੰ ਪਛਾਣੇਗੀ ਨਹੀਂ। ਉਹ ਮੈਂ ਤਾਂ ਸਬੂਤ ਲੈ ਕੇ ਆਉਣ ਲੱਗਿਆ ਸੀਗਾ, ਪਰ ਮੈਨੂੰ ਤਾਂ ਐਂ ਸੀ ਵੀ ਜਦੋਂ ਤੂੰ ਮੈਨੂੰ ਦੇਖੇਗੀ ਭੱਜ ਕੇ ਆ ਕੇ ਗਲੇ ਲੱਗ ਜਾਏਗੀ। ਆ ਦੇਖ ਲਾ, ਪਹਿਲਾਂ ਤਾਂ ਮੈਨੂੰ ਛੱਡਤਾ, ਹੁਣ ਸਾਰੇ ਤਾਂ ਮਰਵਾਉਣ ਲੱਗੀ ਆ ਮੈਨੂੰ। ਆਹੀ ਕਾਸਾ ਰਹਿ ਗਈ ਸੀ ਬਸ। ਹਿੰਮਤ ਤਾਂ ਦੇਖੀ ਕਿਵੇਂ ਆ ਕੇ ਬੋਲਦਾ। ਹੁਣ ਤਾਂ ਜਾਣਾ, ਪਰ ਆਊਂਗਾ ਮੈਂ ਤਾਂ ਕਿਹੜਾ ਯਾਰ, ਚਾਂਡੇ ਲਾ ਦੇ ਫਿਰ ਪਤਾ ਲੱਗੂ। ਤਾਂ ਕਹਿੰਦਾ ਹੋਰ ਆ ਗਿਆ ਚੱਕੋ, ਨਿਕਲ ਜਾ। ਹੁਣ ਤਾਂ ਮੈਂ ਜਾਣਾ, ਪਰ ਸਬੂਤ ਲੈ ਕੇ ਆਉਂ ਮੈਂ ਅਗਲੀ ਵਾਰ। ਆ ਜੀ, ਸਬੂਤ ਲੈ ਕੇ ਆ ਜੀ। ਤੂੰ ਰੇ ਲਵੇ ਲਾਉਣੇ ਵੀ ਦਿਖ ਜੀ, ਤੂੰ ਸਬੂਤ ਦੀ ਗੱਲ ਕਰਦਾ। ਥੱਲੂ ਮਾਰ ਕੇ ਖੇਤ 'ਚ ਦੱਬ ਦਾਂਗੇ। ਨਾ ਪਹਿਲਾਂ ਨਹੀਂ ਦੇਖਿਆ ਕਦੇ ਅੱਗੇ ਪਿੱਛੇ ਮੁੰਡਾ। ਉਹ ਯਾਰ ਡੈਡੀ, ਮੈਂ ਕਦੋਂ ਦੇਖਿਆ ਯਾਰ, ਇਹਦੀ ਹਿੰਮਤ ਤਾਂ ਦੇਖ, ਘਰੇ ਆ ਕੇ ਕਿਵੇਂ ਬੋਲਦਾ। ਮੈਨੂੰ ਤਾਂ ਲੱਗਦਾ ਕੋਈ ਗੱਲ ਆ, ਤਾਂ ਹੀ ਆ ਗਿਆ ਅਗਲਾ ਵੇ। ਯਾਰ ਮੈਂ ਕਿਹੜਾ ਵੜ ਚੁੱਕੀ ਦੇ ਘਰੇ। ਉਹੀ ਤਾਂ ਮੈਂ ਕਹਿਣਾ ਤੈਨੂੰ ਯਾਰ, ਤੂੰ ਉਹਨੂੰ ਪੁੱਛ ਬਹੂ ਜੀ ਨੂੰ। ਕੋਈ ਨਾ, ਚੱਲ ਪੁੱਛਦੇ ਹਾਂ। ਯਕੀਨ ਹੀ ਨਹੀਂ ਹੈਗਾ ਕੀ ਸਫਾਈ ਦੇਣੀ ਆ, ਲੋਕ ਬਥੇਰੀਆਂ ਸੁਣਾ ਦੇਣਗੇ ਸਾਨੂੰ, ਪਤਾ ਨਹੀਂ ਹੁਣ ਕੀ ਵਿਹੜੇ ਸੁਣਨੇ ਪੈਣਗੇ। ਘਰੇ ਆ ਗਿਆ ਲੈ ਉਹ ਸਿੱਧਾ, ਮਾੜਾ ਮੋਟਾ ਨਹੀਂ ਸੋਚਿਆ। ਕੰਜਰ ਐਨੇ ਦਾੜੀ ਪਟਾਈ ਆਹ ਕੰਜਰ ਨੇ, ਆਹ ਦੇਖ ਲੈ ਰਹਿੰਦੀ ਖੂੰਹਦੀ ਕਸਰ ਆਹ ਨਿਕਲ ਗਈ। ਉਹ ਭਾਈ ਇੰਨਾ ਤਾਂ ਤੂੰ ਵੀ ਸਿਆਣੀ ਆ ਵੀ ਬਿਨਾਂ ਗੱਲਬਾਤ ਤੂੰ ਘਰੇ ਕਿਵੇਂ ਆ ਜੂ, ਮਰਨ ਅਗਲੇ ਨੇ। ਉਹੀ ਤਾਂ ਮੈਂ ਕਹਿ ਰਿਹਾ ਯਾਰ ਡੈਡੀ, ਹਜੇ ਬੋਲਦੀ ਆ, ਚੱਲ ਅੰਦਰ ਤੂੰ ਤਾਂ ਮੈਂ ਪੁੱਛਦਾ ਜਾ ਕੇ। ਗੱਲ ਸੁਣ, ਨਿਆਣਾ ਨਾ ਬਣ ਸਿਆਣਾ ਬਣ। ਡੈਡੀ ਤੁਸੀਂ ਮੇਰੀ ਗੱਲ ਸੁਣ ਲਓ, ਇਹ ਹੁਣ ਸਾਡਾ ਆਪਸੀ ਮਾਮਲਾ, ਤੁਸੀਂ ਵਿੱਚ ਰਹੋ। ਨਾਲ ਪੁੱਤ ਮੈਂ ਪੁੱਛਦੀ ਆ ਕੁੜੀ ਨੂੰ। ਚਲ ਲੈ ਜੀ, ਆ ਕੀ ਪਚਾਲ ਆ ਗਿਆ। ਆ ਤੁਸੀਂ ਪਤਾ ਤਾਂ ਕਰੋ ਕੌਣ ਆ ਮੁੰਡਾ, ਕਿੱਥੋਂ ਆਇਆ, ਕੀ ਕਰਨ ਆਇਆ, ਕੀ ਗੱਲ ਆ, ਕੀ ਨਾ, ਮੈਨੂੰ ਤਾਂ ਕੁਛ ਨਹੀਂ ਸਮਝ ਆਉਂਦੀ ਪਈ। ਮੈਨੂੰ ਐਂ ਦੱਸ, ਐਂ ਕੋਈ ਕਿਵੇਂ ਬਾਬੂ ਜੀ ਕਿਸੇ ਦੇ ਘਰੇ? ਉਹ ਕਈ ਗਿਲ ਜਵਾਕ ਜਦੋਂ ਪੜ੍ਹਦੇ ਪੁੜ੍ਹਦੇ ਹੁੰਦੇ ਨੇ ਕਾਲਜਾਂ 'ਚ ਭਾਈ, ਉਦੋਂ ਗਲਤੀ ਕਰਕੇ ਬਹਿ ਜਾਂਦੇ ਨੇ। ਹੁਣ ਕੀ ਪਤਾ ਜਵਾਕ ਨਹੀਂ ਡਰਦੀ ਨਾ ਦੱਸਦੀ ਹੋਵੇ। ਪਰ ਜੀ ਮੈਨੂੰ ਤਾਂ ਕੁੜੀ 'ਤੇ ਯਕੀਨ ਆ ਪੂਰਾ। ਬਾਕੀ ਚੱਲ ਕੋਈ ਨਹੀਂ, ਉਹ ਕਿੰਨੇ ਗੁੱਸੇ ਨਾਲ ਲੈ ਕੇ ਗਿਆ, ਤੁਸੀਂ ਰੋਕ ਤਾਂ ਸਕਦੇ ਸੀ, ਸੱਟ ਫੇਟ ਨਾ ਮਾਰੇ ਉਹਦੇ। ਅੰਦਰ ਵਗ ਜਾ, ਸਮਝਾ ਉਹਨੂੰ ਜਾ ਕੇ, ਮੈਂ ਵੀ ਆਉਣਾ ਉਹਨੂੰ ਸਮਝਾਉਣਾ। ਠੀਕ ਹੈ, ਸਿਆਪਾ ਛੱਡ ਗਿਆ ਤਾਂ। ਤੈਨੂੰ ਵੀ ਗੱਲਾਂ ਨਾਲ ਬਹੁਤ ਪੁੱਛ ਲਿਆ, ਸਮਝਦੀ ਹੈ ਨਹੀਂ ਨਾ ਜੇ ਕੋਈ ਗੱਲ ਨਹੀਂ ਸੀ। ਅਗਲਾ ਉਈਆਂ ਗਿਆ ਉਰੇ, ਉਈਆਂ ਕੇ ਬੋਲਣ ਲੱਗ ਗਿਆ, ਅਖੇ ਮੈਂ ਨਹੀਂ ਜਾਣਦੀ ਉਹਨੂੰ। ਤੈਨੂੰ ਮੈਂ ਦੁਬਾਰਾ ਪੁੱਛ ਰਿਹਾ, ਦੱਸ ਦੇ, ਕਦੇ ਇਹ ਨਾ ਹੋਵੇ ਤੇਰੇ ਬਾਪ ਦੀ ਪੱਗ ਨਾ ਚਾਰ ਰਿਸ਼ਤੇਦਾਰਾਂ ਚ ਰੁਲਦੀ ਫਿਰੇ। ਮੈਂ ਨਹੀਂ ਜਾਣਦੀ, ਕਿੰਨੀ ਵਾਰੀ ਕਹਾਂ ਮੈਂ ਤੁਹਾਨੂੰ, ਨਹੀਂ ਜਾਣਦੀ ਮੈਂ ਉਹਨੂੰ। ਨਾ ਜੇ ਜਾਣਦੀ ਨਹੀਂ, ਅਗਲਾ ਉਹੀ ਬੋਲਦਾ ਸੀ, ਉਹ ਤੇਰਾ ਨਾਮ ਕਿਵੇਂ ਪਤਾ ਲੱਗਿਆ ਉਹਨੂੰ? ਅੱਛਾ, ਅੱਜ ਤੁਹਾਡੇ ਆ ਕੇ ਮੇਰਾ ਨਾਂ ਲਿੱਤਾ, ਕੱਲ੍ਹ ਹੋਰ ਆ ਕੇ ਕੋਈ ਮੇਰਾ ਨਾਂ ਲੈ ਦੂ, ਤੁਸੀਂ ਫਿਰ ਮੇਰੇ ਤੇ ਇਲਜ਼ਾਮ ਲਾ ਦਿਓ। ਐਂ ਨਹੀਂ ਕੋਈ ਲੈਂਦਾ ਹੁੰਦਾ, ਜੇ ਕੋਈ ਗੱਲ ਹੁੰਦੀ ਹੈ ਨਾ ਤਾਂ ਲੈਂਦਾ ਹੁੰਦਾ। ਅੱਗੇ ਬਤਾ, ਮੈਂ ਆ ਕੀ ਕਰੀ ਜਾਂਦਾ, ਵਿੱਚ ਪੇੜ ਮਾਰੂੰਗੀ ਮੂੰਹ ਤੇ। ਚੱਲ ਬਾਹਰ ਆਪਣੇ ਪਿਓ ਕੋ ਬੈਠ ਜਾ ਕੇ, ਚੱਲ ਚੱਲ ਇਹਨੂੰ ਪੁੱਛ ਲਾ, ਇਹਨੂੰ ਪੁੱਛ ਲਾ। ਮੈਂ ਗੱਲ ਕਰਦੀ ਤੈਨੂੰ, ਮੈਂ ਕਹਿਤਾ ਨਾ, ਚੱਲ ਬਾਹਰ ਚੱਲ ਤੂੰ। ਚੱਲ ਬਾਹਰ। ਚੁੱਪ ਕਰ ਜਾ, ਤੂੰ ਪਹਿਲਾਂ ਸ਼ਾਂਤ ਹੋ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਪੁੱਤ, ਗੱਲ ਸੁਣ ਮੇਰੀ।
ਦੇਖ ਮੇਰੀ ਗੱਲ ਦਾ ਗੁੱਸਾ ਨਾ ਕਰੀ ਪੁੱਤ, ਹੁਣ ਤੈਨੂੰ ਪਤਾ ਜਿਹੜਾ ਕੁਛ ਘਰ 'ਚ ਹੋਇਆ, ਹੁਣ ਹਰ ਬੰਦੇ ਦਾ ਯਕੀਨ ਤਾਂ ਉੱਠ ਹੀ ਜਾਂਦਾ ਹੁੰਦਾ ਪੁੱਤ। ਮੇਰੀ ਗੱਲ ਦਾ ਗੁੱਸਾ ਨਾ ਕਰੀ, ਪਰ ਮੈਨੂੰ ਦੱਸ ਵੀ ਇਹ ਮੁੰਡਾ ਕੌਣ ਆ, ਤੈਨੂੰ ਜਾਣਦਾ ਇਹ? ਮੈਂ ਸੱਚੀ ਕਹਿ ਰਹੀ, ਨਹੀਂ ਜਾਣਦੀ ਮੈਨੂੰ। ਕਿਉਂ ਤੁਸੀਂ ਬਾਰ ਬਾਰ ਉਹੀ ਸਵਾਲ ਮੈਨੂੰ ਪੁੱਛੀ ਜਾਂਦੇ ਹੋ? ਤੁਹਾਡੇ ਬਾਰ ਬਾਰ ਪੁੱਛਣ ਨਾਲ ਨਾ ਸੱਚ ਬਦਲਣ ਨਹੀਂ ਲੱਗਿਆ। ਪੁੱਤ ਕੀ ਪਤਾ ਤੇਰੇ ਨਾਲ ਪੜਦਾ ਪੁੜਦਾ ਹੋਊਗਾ, ਪਹਿਲਾਂ ਕੋਈ ਗੱਲਬਾਤ ਹੋਊਗੀ। ਬੱਬੇ ਮੈਂ ਤੈਨੂੰ ਪਹਿਲੀ ਵਾਰ ਵੇਖਿਆ, ਮੈਂ ਨਹੀਂ ਜਾਣਦੀ ਇਹਨੂੰ ਮੇਰਾ ਨਾਂ ਕਿਵੇਂ ਪਤਾ, ਮੇਰੇ ਬਾਰੇ ਕਿਵੇਂ ਪਤਾ। ਮੈਂ ਤਾਂ ਵੇਖੀ ਹੈ ਪਹਿਲੀ ਵਾਰ, ਨਾ ਇਹ ਸਮਝ ਰਹੇ ਨੇ ਮੇਰੀ ਗੱਲ। ਫਿਰ ਇਹ ਹੋਇਆ ਕੌਣ ਜਿਹਦੀ ਇੰਨੀ ਹਿੰਮਤ ਹੋ ਗਈ ਵੀ ਘਰੇ ਆ ਗਿਆ? ਮੰਮੀ ਉਹੀ ਤਾਂ ਮੈਂ ਸੋਚ ਰਹੀ ਹਾਂ, ਜਦ ਮੈਨੇ ਅੱਜ ਤੱਕ ਕੋਈ ਇਹ ਜੀ ਗਲਤੀ ਨਹੀਂ ਕੀਤੀ ਤਾਂ ਕੌਣ ਹੋ ਗਿਆ ਇਹ, ਕਿਉਂ ਮੇਰਾ ਘਰ ਖਰਾਬ ਕਰ ਰਿਹਾ? ਪੁੱਤ ਮੈਨੂੰ ਤਾਂ ਇਹ ਗੱਲ ਦਾ ਫਿਕਰ ਲੱਗਿਆ ਪਿਆ, ਯੂਵੀ ਦੇ ਮਨ 'ਚ ਤਾਂ ਹੁਣ ਵਹਿਮ ਪੈ ਗਿਆ। ਇਹ ਸ਼ੱਕ ਦਾ ਕੀੜਾ ਤਾਂ ਨਾ ਵਧੀ ਜਾਂਦਾ ਹੁੰਦਾ, ਘੱਟਦਾ ਨਹੀਂ ਪੁੱਤ। ਮੰਮੀ ਤੁਸੀਂ ਇਹਨਾਂ ਨੂੰ ਸਮਝਾਓ ਨਾ, ਸੱਚੀ ਕਰੀ ਕੋਈ ਗੱਲ ਨਹੀਂ ਹੈਗੀ ਇਹ ਜੀ, ਕੀ ਕਰਾਂ ਮੈਂ ਇਹਨਾਂ ਨੂੰ ਯਕੀਨ ਦਿਵਾਉਣ ਵਾਸਤੇ। ਕੋਈ ਨਹੀਂ ਪੁੱਤ, ਮੈਨੂੰ ਤੇਰੇ 'ਤੇ ਯਕੀਨ ਆ, ਇਹਦਾ ਪਤਾ ਤਾਂ ਲਾਉਣਾ ਪਊਗਾ ਇਹ ਹੈ ਕੌਣ ਆ। ਚੱਲ ਕੋਈ ਨਹੀਂ, ਤੂੰ ਮਨ ਨਾ ਹੌਲਾ ਕਰ, ਰੋ ਨਾ ਮੇਰੀ ਧੀ। ਕੋਈ ਨਹੀਂ ਪੁੱਤ, ਹੁਣ ਤੈਨੂੰ ਪਤਾ ਕੋਈ ਵੀ ਬੰਦਾ ਉਹਦੀ ਜਨਾਨੀ ਬਾਰੇ ਆ ਕੇ ਇੱਦਾਂ ਬੋਲਦੇ ਕੋਈ ਬਰਦਾਸ਼ਤ ਨਹੀਂ ਕਰਦਾ ਹੁੰਦਾ ਪੁੱਤ। ਕੋਈ ਨਹੀਂ, ਮੈਂ ਤੇਰੇ ਪਿਓ ਨਾਲ ਗੱਲ ਕਰਦੀ ਹਾਂ ਜਾ ਕੇ ਬਾਹਰ, ਤੂੰ ਪੈ ਜਾ ਆਪਣਾ, ਹੋਰ ਕਿਤੇ ਬਿਮਾਰ ਨਾ ਹੋ ਜਾਈ। ਪੈ ਜਾ ਪੈ ਜਾ ਪੈ ਜਾ ਪੈ ਜਾ ਪੈ ਜਾ। ਸਮਝ ਨਹੀਂ ਆ ਰਹੀ ਕੌਣ ਹੈ ਬੰਦਾ, ਕਿਉਂ ਮੇਰਾ ਘਰ ਖਰਾਬ ਕਰਨਾ ਚਾਹੁੰਦਾ? ਮੈਂ ਤਾਂ ਅੱਜ ਕਿਸੇ ਨਾਲ ਕਦੇ ਮਾੜੀ ਵੀ ਨਹੀਂ ਕੀਤੀ, ਪਤਾ ਨਹੀਂ ਰੱਬ ਮੇਰੇ ਨਾਲ ਹੀ ਮਾੜੀ ਕਿਉਂ ਕਰਦਾ। ਉਹ ਖਬਰਾਂ ਕੀ ਗੱਲ ਹੈ ਯਾਰਾ, ਐਂ ਥੋੜ੍ਹੀ ਮੰਨਦੀ ਹੁੰਦੀ ਆ ਤੀਵੀਂ ਜਾਤ ਇਹ। ਮੈਂ ਤਾਂ ਜੀ ਕਰਦਾ ਸੀ ਨਾ ਵੀ ਅੰਦਰ ਇਹ ਗੱਲ ਘੋਟ ਕੇ ਆਹ ਬੈਡਾਂ 'ਚ ਸੁਪਲਾ ਦਾ। ਤੂੰ ਐਂ ਕਰ, ਇਹਦੇ ਬਾਪ ਨੂੰ ਫੋਨ ਕਰ ਪਹਿਲਾਂ ਤਾਂ, ਨਹੀਂ ਮੇਰੇ ਨਾਲ ਕਰਾ ਗੱਲ, ਠੀਕ ਹੈ? ਇਹਨੂੰ ਬੁਲਾ ਉਰੇ, ਐਂ ਕੋਈ ਕਿਸੇ ਘਰੇ ਗਏ ਬਗਜੀ ਯਾਰ ਹੱਦ ਕਰਦੀ ਹੈ ਜਮੀ, ਮੰਨਦੀ ਉਹ ਨਹੀਂ ਤੇ ਕੋਲ ਭੇਜੇ ਤੇਰੀ ਮਾਂ, ਉਹਨੂੰ ਕਿਹਾ ਮੈਂ ਪੁੱਛ ਗਿਆ ਉਹਨੂੰ ਸਮਾਂ। ਆ ਗਈ ਤੂੰ ਇੱਧਰ ਨੂੰ, ਹੋ ਮੁੰਡਿਆ ਨਾ ਪੁੱਛਿਆ ਪਿਆਰ ਨਾਲ, ਟਕਾਈ ਨਾ ਪੁੱਛ ਲੈਂਦੀ ਤੂੰ ਨਾ ਪੁੱਛਿਆ। ਪਹਿਲਾਂ ਤੁਸੀਂ ਆ ਇਹਨੂੰ ਸਮਝਾਓ, ਇਹਨੇ ਹੱਥ ਚੁੱਕਿਆ ਕੁੜੀ ਤੇ, ਗੜ 'ਚ ਹਾਰ ਨਾ ਪਾ ਦਈਏ ਦੋਵੇਂ ਜਣੇ ਜਾ ਕੇ, ਅਸੀਂ ਹੱਦ ਕਰਦੇ ਹਾਂ, ਤੂੰ ਜਦੋਂ ਕੰਮ ਇਹੋ ਜਿਹੇ ਕਰਨਗੇ ਫਿਰ ਹੱਥ ਚੱਕਿਆ। ਮੇਰੀ ਗੱਲ ਸੁਣੋ ਜੀ, ਮੈਂ ਤਾਂ ਉਹਨੂੰ ਸਾਰੀ ਗੱਲ ਪੁੱਛ ਲਈ, ਉਹ ਤਾਂ ਵਿਚਾਰੀ ਰੋਈ ਜਾਂਦੀ, ਕਹਿੰਦੀ ਮੰਮੀ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ ਹੈਗੀ, ਕੀ ਪਤਾ ਉਹ ਵਿਚਾਰੀ ਸਹੀ ਕਹਿੰਦੀ ਹੋਵੇ, ਆਪਾਂ ਐਵੇਂ ਸ਼ੱਕ ਕਰੀ ਜਾਂਦੇ ਆ ਕੁੜੀ 'ਤੇ। ਸਹੀ ਨਹੀਂ ਕਹਿੰਦੀ, ਪੜਦੇ ਪਾਉਂਦੀ ਆ ਪੜਦੇ, ਅੱਜ ਕੱਲ੍ਹ ਦੀਆਂ ਕੁੜੀਆਂ ਦਾ ਤੁਹਾਨੂੰ ਪਤਾ ਨਹੀਂ, ਨਾਲੇ ਤੁਹਾਨੂੰ ਪਤਾ ਇਹ ਗੱਲ ਦਾ ਵੀ ਨਹੀਂ ਹੋਣਾ, ਇੱਕ ਦਿਨ ਪਹਿਲਾਂ ਮੈਂ ਦੇਖਿਆ ਸੀ ਅੰਦਰ ਫੋਨ 'ਤੇ ਬੁੜਬੁੜ ਕਰਨ ਲੱਗੀ ਪਈ ਸੀ। ਲੈ ਦੱਸ, ਜਦੋਂ ਮੈਂ ਗਿਆ ਇੱਕੋ ਲਗਤ ਫੋਨ ਕੱਟਤਾ, ਕਹਿੰਦੀ ਮੇਰੀ ਸਹੇਲੀ ਦਾ, ਅਤੇ ਜੇ ਕੋਈ ਗੱਲ ਹੁੰਦੀ ਮੇਰੇ ਸਾਹਮਣੇ ਵੀ ਤਾਂ ਕਰ ਸਕਦੀ ਸੀ, ਫਿਰ ਕੀ ਹੋਇਆ ਫੋਨ ਲੈ ਗਈ ਨਾਲੇ ਚੱਕ ਕੇ ਬਾਹਰੇ। ਫਿਰ ਪੁੱਤ ਤੂੰ ਉਦੋਂ ਹੀ ਦੱਸ ਦਿੰਦਾ ਮੈਨੂੰ, ਕਹਿ ਦਿੰਦਾ ਮੈਂ ਪੁੱਛ ਲੈਂਦੀ ਉਹਨੂੰ, ਇਹ ਤਾਂ ਸ਼ੱਕ ਤਾਂ ਜਿੰਨਾ ਵਧਾਈ ਜਾਊ ਉਨਾ ਵੱਧਦਾ। ਸ਼ੱਕ ਵੱਧਦਾ ਨਹੀਂ, ਉਹਦੇ ਤਾਂ ਮੈਂ ਚੱਲ ਫਿਰ ਵੀ ਚੁੱਪ ਹੋ ਗਿਆ ਵੀ ਚੱਲ ਸਹੇਲੀ ਦੀ ਹੋਣਾ, ਕੀ ਪਤਾ ਸੀ ਵੀ ਨੋਬ ਤਾਂ ਇੱਥੇ ਤੱਕ ਆਜੂਗੀ। ਐਂ ਹੁਣ ਕੀ ਪਤਾ ਲੱਗਣ ਦਿੰਦੀਆਂ ਨੇ ਇਹ, ਐਂ ਕੀ ਪਤਾ ਲੱਗਦਾ ਕੁਛ? ਨਾ ਜੀ ਤੁਸੀਂ ਤਾਂ ਯਕੀਨ ਕਰ ਲਓ, ਤੁਹਾਨੂੰ ਮੇਰੇ 'ਤੇ ਤਾਂ ਯਕੀਨ ਹੋਣਾ ਹੀ ਆ, ਕੁੜੀ ਰੋਈ ਜਾਂਦੀ ਆ ਸੌਹਾਂ ਖਾਈ ਜਾਂਦੀ, ਕਹਿੰਦੀ ਮੰਮੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਨਹੀਂ ਜਾਣਦੀ। ਮੈਂ ਤਾਂ ਇਹਨੂੰ ਕਹਿਤਾ ਮੈਂ ਇਹਦੇ ਬਾਪ ਨੂੰ ਬੁਲਾ, ਉਹਦੇ ਸਾਹਮਣੇ ਗੱਲ ਕਰਾਂਗੇ। ਮੈਂ ਤੁਹਾਡੇ 'ਤੇ ਹੈਰਾਨ ਹਾਂ, ਬਾਪ ਨੂੰ ਬੁਲਾ, ਪਿੱਛੋਂ ਚਾਹੇ ਕੋਈ ਗੱਲ ਨਾ ਨਿਕਲੇ ਐਵੇਂ ਤੁਸੀਂ। ਮੇਰੀ ਗੱਲ ਸੁਣ ਲੈ, ਗੱਲ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ, ਇੱਕ ਵਾਰ ਆਪਣਾ ਕਹਿਣ ਦਾ ਉਹਨੂੰ ਫਰਜ਼ ਬਣਦਾ, ਕੱਲ੍ਹ ਕਰਾਉਣ ਨੂੰ ਕੋਈ ਗੱਲ ਵੱਧ ਗਈ ਫੇਰ ਫੇਰ ਕੌਣ ਜ਼ਿੰਮੇਵਾਰ ਆ?
ਵੇ ਕਾਨੂੰ ਪੁੱਤ ਉਹ ਚਾਹੇ ਸਹੀ ਹੋਵੇ ਐਵੇਂ ਇਹਦੇ ਪਿਓ ਮੂਹਰੇ ਜ਼ਰੂਰੀ ਉਹਦੀ ਬੇਇੱਜ਼ਤੀ ਕਰਾਉਣੀ ਹੈ ਤੁਸੀਂ ਅਗਲੇ ਦੇ ਮਨ 'ਚ ਤਾਂ ਵਹਿਮ ਪੈ ਜਾਊਗਾ ਜੀ ਆਪਣੀ ਬੇਇੱਜ਼ਤੀ ਹੋਈ ਆ ਉਹ ਨਹੀਂ ਤੈਨੂੰ ਦਿਖਦੀ ਉਹ ਗੱਲ ਇਹਦੀ ਵੀ ਸਹੀ ਹੈ ਮਾੜਾ ਤੂੰ ਵੀ ਠੰਡਾ ਰਹਿ ਮਾੜਾ ਜਾ ਜਦੋਂ ਇਹਦੇ ਉਹ ਇਹਦੇ ਬਾਪ ਲਵੇ ਗੱਲ ਕਰਾਂਗੇ ਧੀ ਦੀ ਸੋਚ ਕਰ ਜਾਂਦਾ ਬਾਪ ਜੇ ਗੱਲ ਕੋਈ ਝੂਠੀ ਨਿਕਲ ਗਈ ਫਿਰ ਅਗਲੀ ਕੁਛ ਖਾ ਗਈ ਮਰ ਗਈ ਉਰੇ ਕਿੱਥੋਂ ਚਾਪਾ ਛੱਡ ਜੂ ਨਵਾਂ ਕੋਈ ਉਹੀ ਤਾਂ ਕਹਿੰਦੀ ਆ ਜਿਵੇਂ ਮਰਜ਼ੀ ਦੇਖੋ ਜਿੰਨਾ ਤੱਕ ਮੈਂ ਭਾਵੇਂ ਪਿਆਰ ਨਾਲ ਗੱਲੀ ਬਾਤੀ ਪੁੱਛਾਂ ਉਹਨੂੰ ਜਿੰਨਾ ਤੱਕ ਮੈਂ ਉਹਨੂੰ ਪੁੱਛਦਾ ਨਹੀਂ ਮੇਰਾ ਦਿਮਾਗ ਨਹੀਂ ਬਈ ਠੰਡਾ ਹੁੰਦਾ ਵੀ ਪੁੱਛ ਕੀ ਪੁੱਛੇਗਾ ਹੁਣ ਤੂੰ ਪੁੱਛ ਤਾਂ ਲੈ ਤੂੰ ਤਾਂ ਹੱਥ ਚੁੱਕਣ ਲੱਗ ਗਿਆ ਜਾ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕੁੱਟਦਾ ਉਹਨੂੰ ਚੱਲ ਦੇਖ ਹੁਣ ਮੈਂ ਕੁੱਟਦਾ ਮਾਰਦਾ ਨਹੀਂ ਪਰ ਇੱਕ ਵਾਰ ਮੈਂ ਪੁੱਛੂੰਗਾ ਕੀ ਪੁੱਛੇਗਾ ਵੀ ਉਹਨੂੰ ਮੇਰੀ ਗੱਲ ਸੁਣ ਇੱਕ ਮਿੰਟ ਤੈਨੂੰ ਸ਼ੱਕ ਹੈ ਵੀ ਉਹ ਫੋਨ ਤੇ ਗੱਲਾਂ ਕਰਦੀ ਹੈ ਤੂੰ ਫਿਰ ਫੋਨ ਇਹ ਚੈੱਕ ਕਰ ਲੈ ਪਤਾ ਲੱਗ ਜੂ ਵੀ ਤੁਹਾਡਾ ਦਿਮਾਗ ਸਹੀ ਆ ਤੁਸੀਂ ਕੀ ਕਹੀ ਜਾਂਦੇ ਹੋ ਮੁੰਡੇ ਨੂੰ ਹੋਰ ਭੜਕਾਈ ਜਾਂਦੇ ਹੋ ਓਏ ਚੈੱਕ ਕਰਨ ਨੂੰ ਕਿਹਾ ਹੈ ਚੈੱਕ ਕਰਨ ਨੂੰ ਕਿਹਾ ਫੋਨ ਮਾਰਨ ਨੂੰ ਕਿਹਾ ਇਹਨੂੰ ਤਸੱਲੀ ਤਾਂ ਕਰ ਲਓ ਉਹ ਕੋਈ ਗੱਲ ਨਹੀਂ ਫੋਨ ਦੇ ਦੂਗੇ ਉਹ ਹਲੇ ਉਹ ਸੁੱਤੀ ਪਈ ਆ ਪੈ ਲੈਂਦੋ ਉਹਨੂੰ ਨਹੀਂ ਤਾਂ ਪੁੱਤ ਤੂੰ ਆਪ ਹੀ ਚੱਲ ਜਾ ਜੇ ਭਾਜਾ ਫੋਨ ਦੇਖਣਾ ਤੂੰ ਦੇਖ ਲਾ ਮੇਰੀ ਗੱਲ ਸੁਣ ਮਾਰਨਾ ਨਹੀਂ ਹੈਗਾ ਉਹਦੇ ਕੁੜੀ ਦੇ ਤੈਨੂੰ ਮੈਂ ਦੱਸਤੀ ਗੱਲ ਠੰਡੇ ਦਿਮਾਗ ਨਾਲ ਕੰਮ ਲਈ ਪਹਿਲਾਂ ਕਹਿਤਾ ਮਿੰਟ ਮਾਰਦੀਆਂ ਨੇ ਜ਼ਹਿਰ ਜੀ ਖਾਣ ਨੂੰ ਉਰੇ ਮਰਿਆ ਸੱਪ ਗਲ ਪਾ ਕੇ ਕੱਢ ਜਾਏਗਾ ਇਹ ਤਾਂ ਪਹਿਲੀ ਆਪਣੇ ਦੇ ਦੰਦ ਕਸੀ ਹੋ ਰਹੀ ਆ ਯਾਰ ਸਾਰੀਆਂ ਮੇਰੇ ਵਰਗੀ ਨਹੀਂ ਹੁੰਦੀਆਂ ਜਿਹੜੀਆਂ ਕੱਟ ਲੈਣਗੀਆਂ ਤੂੰ ਆਪਦਾ ਛੇੜ ਕੇ ਬਹਿ ਜਾ ਕਰ ਵਿੱਚ ਕਹਾਣਾ ਮੈਂ ਜਾਣਾ ਕਰਦਾ ਚੈੱਕ ਲੜਨਾ ਨਹੀਂ ਹੈਗਾ ਤੈਨੂੰ ਮੈਂ ਦੱਸਤੀ ਗੱਲ ਉਹ ਨਹੀਂ ਲੜਦਾ ਡੈਡੀ ਹਾਂ ਪੁੱਛ ਲੈਣਾ ਪਿਆਰ ਨਾਲ ਗੱਲ ਕਰ ਲਈ ਮੈਂ ਤਾਂ ਫੋਨ ਚੈੱਕ ਕਰੂੰਗਾ ਕਰਦਾ ਮੈਂ ਆਹੋ ਅਤੇ ਹੋਰ ਸਿਆਪਾ ਛੇੜ ਦੇ ਕੋਈ ਨਵਾਂ ਮੈਂ ਮਗਰ ਹੀ ਚੱਲ ਜਾ ਹੋਰ ਕਿਤੇ ਉਹਦੇ ਮਾਰੇ ਨਾ ਫੇਰ ਫੋਨ ਹੀ ਚੈੱਕ ਕਰੂਗਾ ਮਾਰ ਨੂੰ ਹੁਣ ਬੌਲਾ ਹੈ ਹੁਣ ਸਮਝਾ ਤਾ ਪਤਾ ਵੀ ਨਹੀਂ ਇਹਦਾ ਤੈਨੂੰ ਜਮੀ ਨਹੀਂ ਕੋਈ ਦੱਸਿਆ ਕੁੜੀ ਨੇ ਨਹੀਂ ਜੀ ਉਹ ਤਾਂ ਰੋਈ ਜਾਂਦੀ ਆ ਉਹ ਕਹਿੰਦੀ ਨਹੀਂ ਮੰਮੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਸੌਹਾਂ ਖਾਈ ਜਾਂਦੀ ਹੁਣ ਮੈਂ ਕੀ ਕਰਾਂ ਉਹ ਗੱਲ ਤਾਂ ਇੱਥੇ ਆ ਕੇ ਖੜਦੀ ਹੈ ਵੀ ਕੋਈ ਕਿਸੇ ਦੇ ਘਰੇ ਕਿਵੇਂ ਵਗ ਜੂ ਉਹੀ ਤਾਂ ਮੈਂ ਸੋਚਦੀ ਹਾਂ ਇੱਦਾਂ ਕਰ ਕੌਣ ਕੋਈ ਪਹਿਲਾਂ ਕੱਕੇ ਨਾ ਪਿੱਛੇ ਪਹਿਲਾਂ ਤਾਂ ਕੋਈ ਆਇਆ ਨਹੀਂ ਹੁਣ ਕਿਵੇਂ ਆ ਗਿਆ ਕੋਈ ਕੋਈ ਨਾ ਕੋਈ ਤਾਂ ਗੱਲ ਹੋਊਗੀ ਉਹ ਆ ਕਿਤੇ ਬੁੜੀ ਤਾਂ ਨਹੀਂ ਕਰਾਈ ਜਾਂਦੀ ਫਿਰ ਹੁਣ ਕੀ ਪਤਾ ਲੱਗਦਾ ਕੌਣ ਕਰਾ ਰਿਹਾ ਕੀ ਗੱਲਬਾਤ ਹੈ ਗੱਲ ਸੱਚੀ ਵੀ ਹੋ ਸਕਦੀ ਹੈ ਝੂਠੀ ਵੀ ਹੋ ਸਕਦੀ ਹੈ ਪਰ ਇਹ ਗੱਲ ਦੀ ਤੈਅ ਤੱਕ ਜਾਣਾ ਪਊਗਾ ਨਹੀਂ ਗੱਲ ਨਾ ਬਾਜੂਗੀ ਜੇ ਪਿੰਡ 'ਚ ਰੌਲਾ ਪੈ ਗਿਆ ਨਾ ਆਪਣਾ ਤਾਂ ਪਿੰਡ ਛੱਡ ਕੇ ਜਾਣ ਵਾਲਾ ਕੰਮ ਹੋਜੂ ਪਹਿਲਾਂ ਉਹ ਬੁੜੇ ਜੀ ਨੇ ਜਲੂਸ ਕਢਾਤਾ ਹੁਣ ਆ ਨਵਾਂ ਸਿਆਪਾ ਇਹ ਹੋਜੂ ਜੀ ਤੁਸੀਂ ਮੰਨੋ ਚਾਹੇ ਨਾ ਮੰਨੋ ਮੈਨੂੰ ਤਾਂ ਕੁੜੀ 'ਤੇ ਪੂਰਾ ਯਕੀਨ ਆ ਮੈਂ ਨਹੀਂ ਮੰਨ ਸਕਦੀ ਵੀ ਉਹ ਇਹੋ ਜਿਹੀ ਹੋਊਗੀ ਜੇ ਕੋਈ ਗੱਲ ਹੁੰਦੀ ਵੀ ਨਾ ਅਗਲੀ ਪਹਿਲਾਂ ਗੱਲ ਖੋਲ੍ਹ ਲੈਂਦੀ ਸਾਰੀ ਉਮਰ ਇਸੇ ਕੰਮ 'ਚ ਲੰਘੀ ਕਦੇ ਬੁੜੇ ਜੀ ਦੀ ਲੰਘੀ ਉਹਨੂੰ ਸਮਝਾਉਂਦੇ ਰਹੇ ਉਹ ਇਹ ਕੰਮਾਂ 'ਤੇ ਆ ਗਿਆ ਲੈਂਟਰਪਣੇ 'ਤੇ ਆ ਨਵਾਂ ਜੱਪ ਹੋਰ ਛੁੱਟ ਗਿਆ ਚਲੋ ਜੀ ਤੁਸੀਂ ਨਾ ਗਲਤ ਸੋਚੀ ਜਾਓ ਮੈਂ ਜਾਣੀ ਹਾਂ ਮੇਰਾ ਤਾਂ ਦਿਲ ਜਿਹਾ ਨਹੀਂ ਇੱਥੇ ਖੜਦਾ ਪਿਆ ਮੈਂ ਦੇਖਦੀ ਹਾਂ ਕਿਤੇ ਮੁੰਡਾ ਉਹਦੇ ਫੇਰ ਨਾ ਮਾਰੇ ਵਾਹ ਫੋਨ ਪਤਾ ਨਹੀਂ ਉਹਦਾ ਕਿੱਥੇ ਹੋਊ ਕਿੱਥੇ ਨਾ ਪੈ ਜਾ ਤੂੰ ਤੂੰ ਕਿਹੜਾ ਕੁਛ ਕਰਨਾ ਡੰਗਰ ਤੀ ਮੀਨੇ ਨੂੰ ਕੀ ਸਮਝਾਵਾਂ ਪੈ ਜਾ ਤੂੰ ਜਦੋਂ ਇਹੋ ਜਿਹਾ ਕੰਮ ਹੋ ਜਾਏ ਨੀਂਦ ਆਉਂਦੀ ਹੁੰਦੀ ਹੈ ਨੀਂਦਾਂ ਉੱਡ ਜਾਂਦੀਆਂ ਨੇ ਨੀਂਦਾਂ ਪੈ ਜਾ ਤੂੰ ਗੱਲ ਦੀ ਤੈਅ ਤੱਕ ਤਾਂ ਜਾਣਾ ਪਊ ਐਂ ਤਾਂ ਨਹੀਂ ਸਰਦਾ ਤਾਂ ਗੱਲ ਤਾਂ ਕੋਈ ਹੈਗੀ ਹੈ ਯਾਰ ਆਖਰ ਕੌਣ ਹੈ ਮੁੰਡਾ ਇਹ ਥੋੜ੍ਹੀ ਜਿਹੀ ਗਲਤੀ ਹੋ ਗਈ ਇਹ ਤੋਂ ਪੁੱਛ ਨਾ ਲੈ ਇਹਦਾ ਪਿੰਡ ਕਿਹੜਾ ਨਾਲੇ ਐਡਰੈਸ ਕੀ ਹੈ ਚੱਲ ਕੋਈ ਨਾ ਦੁਬਾਰੇ ਨਾ ਕਹਿੰਦਾ ਧੀ ਕਹਿੰਦਾ ਆਊਂਗਾ ਦੁਬਾਰੇ ਤਾਂ ਫਿਰ ਆਊਗੀ ਦੇਖਦਾ ਕੀ ਬਣਦਾ